ਸਵਾਗਤ ਤੁਸੀਂ ਰੱਖਦੇ ਨਿਮਾਣਿਆਂ ਦਾ ਮਾਣ ਪੰਜਾਬੀਓ ਵਸਦੇ ਰਹੋ ਤੁਸੀਂ ਬਣਦੇ ਨਿਤਾਣਿਆਂ ਦਾ ਤਾਣ ਪੰਜਾਬੀਓ ਵਸਦੇ ਰਹੋ ਤੁਹਾਡੇ ਲੋਗਾਂ ਵਿੱਚ ਗੈਰਤਾਂ ਦੇ ਰੰਗ ਮਿਲੇ ਤੁਸੀਂ ਗੈਰਾਂ ਪਿੱਛੇ ਹੋਏ ਕੁਰਬਾਨ ਪੰਜਾਬੀਓ ਵਸਦੇ ਰਹੋ ਤੁਹਾਡੀਆਂ ਸਮਾਧਾਂ ਉਤੇ ਮੇਲੇ ਨਿਤ ਲੱਗਦੇ ਨੇ ਰਿਹਾ ਪਾਪੀਆਂ ਦਾ ਕੋਈ ਨਾ ਨਿਸ਼ਾਨ ਪੰਜਾਬੀਓ ਵਸਦੇ ਰਹੋ ਤੁਹਾਡੀ ਜਿਹੜੀ ਬੋਲੀ ਹੈ ਉਹ ਅਮਰ ਹੈ ਤੁਹਾਡਾ ਜਿਹੜਾ ਪਹਿਰਾਵਾ ਉਹ ਅਮਰ ਹੈ ਗੱਲ ਕੀ ਤੁਹਾਡਾ ਰਹਿਣ ਸਹਿਣ ਸਭ ਅਮਰ ਹੈ ਤੇ ਗੱਲਾਂ ਤੇ ਗੀਤ ਵਿੱਚ ਅੱਜ ਗੱਲਾਂ ਕੁਝ ਅਜਈਆਂ ਹੀ ਹੋਣਗੀਆਂ ਤੇ ਇਹਨਾਂ ਗੱਲਾਂ ਦੇ ਵਿੱਚ ਸ਼ਾਮਲ ਹੈ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਨੀਤੂ ਔਰ ਜੋਗੀ ਕਹਿੰਦੇ ਨੇ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੂਰੋਂ ਪਛਾਣੇ ਜਾਂਦੇ ਨੇ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਚਲੇ ਜਾਓ ਤੇ ਜਿਹੜਾ ਪਹਿਰਾਵਾ ਹੈ ਨਾ ਪੰਜਾਬੀ ਚਾਹੇ ਉਹ ਔਰਤ ਦਾ ਹੈ ਚਾਹੇ ਉਹ ਮਰਦ ਦਾ ਪਤਾ ਲੱਗ ਜਾਂਦਾ ਹੈ ਕਿ ਹਾਂ ਵੀ ਇਹ ਪੰਜਾਬੀ ਭਰਾ ਹੈ ਜਾਂ ਪੰਜਾਬੀ ਭੈਣ ਜਾਂਦੀ ਪਈ ਹੈ ਕਹਿਣ ਦਾ ਭਾਵੇਂ ਇਹ ਕਿ ਪੰਜਾਬੀਆਂ ਦਾ ਇੱਕ ਵੱਖਰਾ ਖੇਤਾ ਇੱਕ ਵੱਖਰੀ ਪਛਾਣ ਇੱਕ ਵੱਖਰੀ ਬੋਲੀ ਔਰ ਇੱਕ ਵੱਖਰੀ ਜਿਹੜੀ ਪਹਿਰਾਵਾ ਹੈ ਉਹ ਸਾਨੂੰ ਸਾਰਿਆਂ ਤੋਂ ਅਲੱਗ ਕਰਕੇ ਬਿਲਕੁਲ ਜੀ ਕਹਿੰਦੇ ਨੇ ਕਿ ਬੰਦਾ ਜਦੋਂ ਬੋਲੇ ਤਾਂ ਫਿਰ ਪਛਾਣ ਹੋਣਾ ਚਾਹੀਦਾ ਆਪਣੀ ਬੋਲੀ ਉਤੇ ਮਾਣ ਹੋਣਾ ਚਾਹੀਦਾ ਔਰ ਅੱਜ ਸਾਡੇ ਨਾਲ ਇਸ ਕਿਉਂਕਿ ਸਾਡੇ ਆਪਣੇ ਪੰਜਾਬ ਦੇ ਸਮਾਜ ਦੀ ਬਹੁਤ ਵੱਡੀ ਇੱਕ ਵਿਲੱਖਣਤਾ ਹੈ ਜਿੱਥੇ ਵੀ ਜਾਂਦੇ ਆ ਆਪਣਾ ਵੱਖਰਾ ਰੂਪ ਬਣਾ ਲੈਂਦੇ ਆ ਵੱਖਰਾ ਸੰਸਾਰ ਵਸਾ ਲੈਂਦੇ ਆ ਔਰ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਵਾਸਤੇ ਸਾਡੇ ਜਿਹੜੇ ਮਾਹਰ ਮਹਿਮਾਨ ਨੇ ਉਹਨਾਂ ਦਾ ਤਾਰਫ ਤੁਆੜੇ ਨਾਲ ਕਰਵਾ ਦਈਏ ਅੱਜ ਸਾਡੇ ਨਾਲ ਸਾਡੀ ਗੱਲਬਾਤ ਵਿੱਚ ਗੱਲਾਂ ਤੇ ਗੀਤ ਵਿੱਚ ਸ਼ਾਮਲੇ ਜੀ ਡਾਕਟਰ ਹਰਕੇਸ਼ ਸਿੰਘ ਸਿੱਧੂ ਜੀ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਨੇ ਔਰ ਲੇਬਰ ਕਮਿਸ਼ਨਰ ਤੋਂ ਸੇਵਾਮੁਕਤ ਹੋ ਚੁੱਕੇ ਨੇ ਔਰ ਨਾਲ ਦੀ ਨਾਲ ਤਿੰਨ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਚਾਰ ਪੰਜ ਕਿਤਾਬਾਂ ਉਹਨਾਂ ਦੀਆਂ ਪੰਜਾਬੀ ਮਾਂ ਬੋਲੀ ਦੀ ਝੋਲੀ ਪੈ ਚੁੱਕੀਆਂ ਨੇ ਔਰ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਲਈ ਸਭ ਤੋਂ ਪਹਿਲਾਂ ਤੇ ਡਾਕਟਰ ਹਰਕੀਰ ਸਿੰਘ ਸਿੱਧੂ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੀ ਮਿਹਰਬਾਨੀ ਧੰਨਵਾਦ ਜੀ ਤੁਸੀਂ ਮੈਨੂੰ ਆਪਣੇ ਚੈਨਲ ਦੇ ਵਿੱਚ ਬੁਲਾ ਕੇ ਆਪਣੇ ਸਰੋਤਿਆਂ ਦੇ ਨਾਲ ਆਪਣੇ ਪਾਠਕਾਂ ਦੇ ਨਾਲ ਤੇ ਆਪਣੇ ਇਹ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਅਤ ਨੂੰ ਪੰਜਾਬੀ ਸਹਿਤ ਨੂੰ ਤੇ ਪੰਜਾਬੀ ਸਮਾਜ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਮਸ਼ਕੂਰ ਆਂ ਜੀ ਮਿਹਰਬਾਨੀ ਜੀ ਸਿੱਧੂ ਸਾਹਿਬ ਕਹਿੰਦੇ ਨੇ ਕਿ ਸੋਹਣਾ ਦੇਸਾਂ ਅੰਦਰ ਦੇਸ ਪੰਜਾਬ ਨਹੀਂ ਸਹੀਓ ਜਿਵੇਂ ਫੁੱਲਾਂ ਅੰਦਰ ਫੁੱਲ ਗੁਰਾਬ ਨਹੀਂ ਸਹੀਓ ਔਰ ਇਹ ਵਾਕਈ ਸਾਡੀ ਇੱਕ ਬਹੁਤ ਵਿਲੱਖਣਤਾ ਹੈ ਅਲੱਗ ਜਿਹੜਾ ਅਸੀਂ ਨਜ਼ਰ ਆਉਂਦੇ ਆ ਇਸ ਸਮਾਜ ਜਿਹੜਾ ਹੈ ਜਿਹਦੀ ਅਸੀਂ ਅੱਜ ਗੱਲ ਕਰ ਰਹੇ ਆ ਇਹ ਤੋਂ ਭਾਵ ਕੀ ਹੈ ਬੇਸਤ ਹੈ ਜੀ ਜਿਵੇਂ ਇੱਕ ਕਹਾਵਤ ਹੈ ਕਿ ਹਰ ਇੱਕ ਮਾਂ ਨੂੰ ਉਹਦਾ ਪੁੱਤ ਚਾਹੇ ਸੋਨਾ ਹੋਵੇ ਚਾਹੇ ਨਾ ਹੋਵੇ ਉਹ ਪਿਆਰਾ ਲੱਗਦਾ ਹੈ ਹਰੇਕ ਕੁਮਾਰੀ ਨੂੰ ਉਹਦੇ ਭਾਂਡੇ ਪਸੰਦ ਆਉਂਦੇ ਨਹੀਂ ਜੀ لیکن ਜਿਹੜਾ ਅਸੀਂ ਕਹਿਣਾ ਸੋਨਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸੋ ਜਿਵੇਂ ਫੁੱਲਾਂ ਵਿੱਚੋਂ ਫੁੱਲ گلاب ਨਹੀਂ ਸਜੋ ਜਦੋਂ ਤੁਸੀਂ ਇਹ ਗੱਲ ਕਹੋਗੇ ਤਾਂ ਉਹਦੇ ਅੰਦਰ ਕੋਈ ਤਰਕ ਜਾ ਕੋਈ ਉਹਦੇ ਦੇ ਦਲੀਲ ਵੀ ਹੋਣੀ ਚਾਹੀਦੀ ਹੈ ਕਿ ਪੰਜਾਬ ਜਿਹੜਾ ਹੈ ਸੀਗਾ ਸੀਗਾ ਪੰਜ دریاਵਾਂ ਦੀ ਧਰਤੀ ਸੀ ਪੰਜ دریا ਇੱਕ ਦੇਸ਼ ਦੇ ਵਿੱਚ ਵਸਣੇ ਉਸ ਵੇਲੇ ਦੇਸ਼ ਦੀ ਹੈ ਜੀ ਜੀ ਦੇਸ਼ ਦੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਤੱਕ ਉਹ ਇਹ ਹਿੰਦੁਸਤਾਨ ਵੱਖਰਾ ਦੇਸ਼ ਦੀਗਾ ਤੇ ਉਹ ਵੱਖਰਾ ਦੇਸ਼ ਤੇ ਅੰਗਰੇਜ਼ਾਂ ਨੇ ਆ ਕੇ ਫਿਰ ਕਬਜ਼ਾ ਕੀਤਾ ਉਹਦੇ ਤੇ 1857 ਤੋਂ ਬਾਅਦ ਤੇ ਉਸ ਵੇਲੇ ਇੱਥੇ ਨਦੀਆਂ ਇੱਥੇ ਨਹਿਰਾ ਇੱਥੇ ਦਰਿਆ ਇੱਥੇ ਪਹਾੜ ਇੱਥੇ ਟਿੱਬੇ ਤੇ ਇੱਥੇ ਮੈਦਾਨੀ ਇਲਾਕਾ ਹਰ ਇੱਕ ਜਿਹੜੇ ਹਰ ਇੱਕ ਜਿਹੜੇ ਗਰਮੀ ਸਰਦੀ ਪਤਚੜ ਸਾਰੇ ਮੌਸਮ ਤੇ ਸਮੁੰਦਰ ਹਰ ਚੀਜ਼ ਜਿਹੜੀ ਹੈ ਇੱਕ ਜਿਹੜੀ ਇੱਕ ਆਦਰਸ਼ ਸਟੇਟ ਵਾਸਤੇ ਇੱਕ ਸਵਾਲ ਵਾਸਤੇ ਇੱਕ ਲੋਕ ਜਿਹੜੇ ਨੇ ਉਹਨਾਂ ਦੇ ਰਹਿਣ ਵਾਸਤੇ ਸਹਿਣ ਵਾਸਤੇ ਧਰਾਤ ਉਹ ਸਾਰੇ ਚੀਜ਼ਾਂ ਇੱਥੇ ਮੌਜੂਦ ਸੀ ਗਿਆ ਜਿਵੇਂ ਪੱਛਮ ਦੇ ਵਿੱਚ ਜਿਹੜਾ 6 ਮਹੀਨੇ ਸਰਦੀ ਹੁੰਦੀ ਹੈ 6 ਮਹੀਨੇ ਗਰਮੀ ਹੁੰਦੀ ਹੈ ਦੂਜੇ ਪਾਸੇ ਅਰਬ ਲੱਗਦਾ ਸੀਗਾ ਅਰਬ ਦੇ ਵਿੱਚ ਗਰਮੀ ਨਾਲ ਤਪ ਤਪਦੇ ਨੇਗੇ ਉਹਨਾਂ ਵਿੱਚੋਂ ਜਿਵੇਂ ਦੇਸ਼ਾਂ ਵਿੱਚੋਂ ਦੇਸੀ ਇੱਕ ਪਾਸੇ ਅਰਬ ਨੂੰ ਉਹਨਾਂ ਨੇ ਡਿਫਾਈਨ ਕੀਤਾ ਇੱਕ ਪਾਸੇ ਉਹਨਾਂ ਨੇ ਡਿਫਾਈਨ ਕੀਤਾ ਉਸ ਨੂੰ ਜਦੋਂ ਮੁਕਾਬਲਾ ਕੀਤਾ ਪੱਛਮ ਨਾਲ ਉਹਦੇ ਨਾਲ ਲੱਗਦੇ ਸੀ ਕਿ ਕਿ ਉੱਥੇ ਜਦੋਂ ਦੇਸਾਂ ਵਿੱਚੋਂ ਦੇਸ ਤੇ ਫੁੱਲਾਂ ਵਿੱਚੋਂ ਫੁੱਲ ਤੇ ਇੱਥੇ ਗੁਲਾਬ ਵੀ ਹੁੰਦਾ ਇੱਥੇ ਇੱਥੇ ਹੋਰ ਫੁੱਲ ਵੀ ਇੱਥੇ ਹਰ ਮੌਸਮ ਦੇ ਫੁੱਲ ਹੁੰਦੇ ਨੇ ਹਰ ਮੌਸਮ ਦੇ ਫਸਲਾਂ ਹੁੰਦੀਆਂ ਨੇ ਇਸ ਕਰਕੇ ਜਿਹੜਾ ਉਹਨੇ ਕਿਹਾ ਕਿ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀ ਉਹ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸੀ ਉਹ ਬਿਲਕੁਲ ਠੁਕਦੀ ਐ ਉਹ ਤਰਕ ਦੇ ਨਾਲ ਕਿਹਾ ਉਹੀ ਜੇ ਜਵਾਤੀ ਹੋ ਕੇ ਨਹੀਂ ਕਿਹਾ ਲੇਕਿਨ ਜਿਹੜਾ ਕਵੀ ਹੈ ਜਿਹੜਾ ਹੈਗਾ ਗਾਉਣ ਵਾਲਾ ਲਿਖਾਰੀ ਲਿਖਣ ਵਾਲਾ ਉਸ ਨੂੰ ਅਲੰਕਾਰ ਕਰਕੇ ਉਸ ਨੂੰ ਇਹੋ ਜਿਹੇ ਤਰੀਕੇ ਨਾਲ ਪੇਸ਼ ਕਰਦਾ ਹੈ ਤੇ ਉਹ ਜਿਹੜੀ ਜਿਹਨੂੰ ਜਨ ਸੁਧਾਰਨ ਦੇ ਉਹ ਦਿਲ ਚ ਗੱਡ ਜਾਂਦੀ ਆ ਕਣੀਆਂ ਦੀ ਗਿੱਲ ਵਾਂਗੂ ਜੀ ਤੇ ਜਿਹੜੀ ਉਹ ਗੱਡ ਜਾਂਦੀ ਆ ਉਹ ਫਿਰ ਲੋਕ ਬੋਲੀ ਤੇ ਲੋਕ ਗੀਤ ਉਹ ਬਣ ਜਾਂਦਾ ਮਤਲਬ ਉਹ ਲੰਮੇ ਉਹਨੂੰ ਲੋਕ ਧਾਰਾ ਦੇ ਵਿੱਚ ਦਾ ਪਾਠ ਬਣ ਜਾਂਦਾ ਇਸ ਕਰਕੇ ਦੇਸ਼ ਪੰਜਾਬ ਜਿਹੜਾ ਹੈਗਾ ਜਦੋਂ ਅਸੀਂ ਦੇਸ਼ ਪੰਜਾਬ ਦੀ ਗੱਲ ਕਰਦੇ ਆ ਸਾਡਾ ਬजूद ਸਾਡੇ ਜਜ਼ਬਾਤ ਤੇ ਸਾਡਾ ਮਨ ਤੇ ਸਾਡਾ ਜਿਹੜਾ ਵਿਰਸਾ ਉਹ ਸਾਰਾ ਸਾਡੇ ਅੱਖਾਂ ਦੇ ਮੂਹਰੇ ਇੱਕਦਮ ਐ 360 ਡਿਗਰੀ ਤੇ ਸਾਰੇ ਪਾਸੇ ਘੁੰਮ ਜਾਂਦਾ ਹੈ ਸਾਨੂੰ ਇੱਕ ਮਹਿਸੂਸ ਦਾ ਅਹਿਸਾਸ ਹੁੰਦਾ ਹੈ ਕਿ ਹਾਂ ਅਸੀਂ ਪੰਜਾਬੀਆਂ ਸਾਡੇ ਪੁਰਖੇ ਬڑے ਵਦੇਸੀ ਸਾਡੇ ਜਿਹੜੇ ਜਿਹੜੇ ਅੱਜ ਵੀ ਅਸੀਂ ਜਿਹੜੇ ਆ ਫਿਰ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਨੂੰ ਉਹ ਹਰੀ ਰਣਜੀਤ ਸਿੰਘ ਤੋਂ ਪਹਿਲਾਂ ਪਹਿਲਾਂ ਸਕੰਦਰ ਨੇ ਆ ਕੇ ਹਮਲੇ ਕੀਤੇ ਫਿਰ ਸਾਡੇ ਬਾਬਰ ਨੇ ਆ ਕੇ ਹਮਲੇ ਕੀਤੇ ਫਿਰ ਨਾਦਰ ਸ਼ਾਹ ਨੇ ਹਮਲੇ ਕੀਤੇ ਤੇ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਆ ਕੇ ਹਮਲਾ ਕੀਤਾ ਅਸੀਂ ਉਹ ਜਿਹੜੇ ਇਹਨੂੰ ਰੂਟ ਕਹਿੰਦੇ ਸੀਗੇ ਉਹਨਾਂ ਦਾ ਸਿਲਕ ਰੂਟ ਵੀ ਸੀਗਾ ਤੇ ਇਹ ਹਮਲਾਵਰਾਂ ਦਾ ਰੂਟ ਵੀ ਸੀ ਜਿਹੜੇ ਪੰਜਾਬੀ ਉਹ ਦਰਿਆਵਾਂ ਦੇ ਵਿੱਚੋਂ ਜਿੱਥੇ-ਜਿੱਥੇ ਲੱਗ ਕੇ ਆਉਂਦੇ ਸੀ ਘਾਟਾਂ ਦੇ ਉੱਤੋਂ ਉੱਥੇ ਫਿਰ ਉਹਨਾਂ ਨੇ ਕਿਹਾ ਵੀ ਹੁਣ ਆਪਾਂ ਕੀ ਕਰੀਏ ਉਹ ਕੱਥੇ ਕਿ ਉਹਨਾਂ ਦਾ ਮੁਕਾਬਲਾ ਕਰਦੇ ਜਾਂ ਜਦੋਂ ਉਹ ਕਿਥੋਂ ਖਜ਼ਾਨੇ ਲੁੱਟ ਕੇ ਲ ਜਾਂਦੇ ਉਹਨਾਂ ਦੇ ਗੱਡਿਆਂ ਤੇ ਉਹਨਾਂ ਦੇ ਹੋਰ ਦੇ ਉੱਤੇ ਉਹ ਹਮਲਾ ਕਰਕੇ ਉਹ ਲੁੱਟ ਲੈਂਦੇ ਖਜ਼ਾਨੇ ਉਹ ਹਮਲਾਵਰਾਂ ਨੂੰ ਲੁੱਟ ਲੈਂਦੇ ਸੀ ਉਦੋਂ ਫਿਰ ਕਹੇ ਸੀ ਕਿ ਜਿਹੜਾ ਖਾਦਾ ਪੀਤਾ ਲਾਹਦਾ ਬਾਕੀ ਅਹਿਮਦ شاہ ਦਾ ਜੀ ਮਤਲਬ ਇਹ ਚੀਜ਼ਾਂ ਸਿਆ ਗੱਲ ਕੀ ਪੰਜਾਬ ਨੇ ਜਿਹੜਾ ਕਹਿੰਦੇ ਨੇ ਕਿ ਪਹਿਲਾਂ ਮੁਗਲਾਂ ਦੀ ਮਾਰ ਚੱਲੀ ਫਿਰ ਹਿੱਕ ਤੇ ਕੰਡਿਆਲੀ ਤਾਰ ਚੱਲੀ ਵਾਹ ਪੰਜਾਬ ਸਿਆ ਤੇਰੇ ਤੇਰੇ ਤੋਂ ਹਰ ਮੁਸੀਬਤ ਹਾਰ ਚੱਲੀ ਗੱਲ ਇਹ ਹੈ ਕਿ ਪੰਜਾਬ ਨੇ ਬੜਾ ਤਕੜਾ ਹੋ ਕੇ ਡਟ ਕੇ ਹਮਲਾਵਰਾਂ ਦਾ ਵੀ ਮੁਕਾਬਲਾ ਕੀਤਾ ਢਾੜਵੀਆਂ ਨੂੰ ਵੀ ਠਾਇਆ ਸਿਕੰਦਰ ਵਰਗਿਆਂ ਦਾ ਰਾਹ ਵੀ ਰੋਕਿਆ ਬਹੁਤ ਕੁਛ ਕੀਤਾ ਔਰ ਇਸੇ ਕਰਕੇ ਇਹਦੇ ਵਿੱਚ ਬਹੁਤ ਸਾਰੀਆਂ ਵਿਲੱਖਣਤਾਵਾਂ ਵੀ ਨੇ ਤੁਸੀਂ ਤੁਹਾਡੀ ਅੱਖ ਤੁਹਾਡੀ ਸੋਚ ਕੀ ਕਹਿੰਦੀ ਹੈ ਕਿ ਸਾਡਾ ਜਿਹੜਾ ਖੇਤਾ ਪੰਜਾਬ ਆ ਇਹ ਕਿਵੇਂ ਵਖਰੇਵਾ ਕਿਵੇਂ ਬਲੱਖੜਤਾ ਰੱਖਦਾ ਤੁਸੀਂ ਇਹ ਦੇਖੋ ਕਿ ਜਦੋਂ ਜਦੋਂ ਪੰਜਾਬ ਜਦੋਂ ਪੰਜਾਬ ਅੰਗਰੇਜ਼ਾਂ ਦੇ ਅਧੀਨ ਸੀਗਾ ਉਸ ਵੇਲੇ ਜਦੋਂ ਵਰਲਡ ਵਾਰ ਦੋ ਜੰਗਾਂ ਲੱਗੀਆਂ ਉਸ ਜੰਗਾਂ ਦੇ ਵਿੱਚ ਜਿਹੜੇ ਪੰਜਾਬੀ ਜਿਹੜੀਆਂ ਸਾਡੀਆਂ ਫੌਜਾਂ ਸੀਗੀਆਂ ਸਿੱਖ ਫੌਜਾਂ ਪੰਜਾਬੀ ਫੌਜਾਂ ਕਿਉਂਕਿ ਪੰਜਾਬ ਦੇ ਲੋਕ ਭਰਤੀ ਹੋਣ ਨੂੰ ਫੌਜ ਦੇ ਵਿੱਚ ਜਾਣੇ ਵੀ ਇੱਕ ਕਿਤਾ ਬਣ ਗਿਆ ਸੀਗਾ ਹਥਿਆਰ ਰੱਖਣਾ ਲੜਾਈ ਕਰਨੀ ਜੰਗ ਜੂਹਣਾ ਇਹ ਇੱਕ ਕਿਤਾ ਬਣ ਗਿਆ ਸੀਗਾ ਤੇ ਉਸ ਵੇਲੇ ਜਿਵੇਂ ਪਾਕਿਸਤਾਨ ਦੇ ਵਿੱਚ ਅੱਜ ਕੱਲ ਫੌਜੀ ਹੋਣਾ ਪੁਲਿਸ ਨਾਲੋਂ ਵੀ ਸਿਵਲ ਸਰਵੈਂਟ ਨਾਲੋਂ ਵੀ ਇੰਪੋਰਟੈਂਟ ਹੋਇਆ ਕਿ ਤੇ ਉਸ ਵੇਲੇ ਜਿਹੜੇ ਉਹਨਾਂ ਦਿਨਾਂ 'ਚ ਵੀ ਫੌਜੀ ਹੋਣਾ ਜਾਂ ਸਿਪਾਹੀ ਹੋਣਾ ਉਹ ਇੱਕ ਸਟੇਟ ਸਿਵਲ ਤੀਗਾ ਕਿ ਉਹ ਡਾਂਗ ਵਾਲਾ ਸੀਗਾ ਤੇ ਜਦੋਂ ਜਦੋਂ ਉਹ ਬਹੁ ਬੇਟੀਆਂ ਨੂੰ ਖੋ ਕੇ ਲੈ ਜਾਂਦੇ ਸੀਗੇ ਅਫਗਾਨਿਸਤਾਨ ਵਾਲੇ ਤਾਂ ਉਦੋਂ ਉਹ ਫਿਰ ਕਹਿੰਦੇ ਕਹਿੰਦੇ ਮੋੜੀ ਭਾਈ ਡਾਂਗ ਵਾਲਿਆ ਰਨ ਗਈ ਬਸਰੇ ਨੂੰ ਤੇ ਜਦੋਂ ਦੋ ਜੰਗਾਂ ਲੱਗੀਆਂ ਉਹਨਾਂ ਜੰਗਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬੀਆਂ ਦੇ ਜਿਹੜੇ ਜਾਂ ਸਾਡੀ ਜਿਹੜੇ ਹੋ ਇਸੀ ਸਿੱਗੇ ਉਹ ਜਾ ਕੇ ਉਹ ਜਿਵੇਂ ਜਿਵੇਂ ਬੋਰੀਆ ਲਾ ਦੇਣਾ ਬੋਰੀਆ ਉਹਨਾਂ ਦੇ ਕੰਧ ਬੜ ਕੇ ਖੜੇ ਉਹਨਾਂ ਨੇ ਇੰਨੀ ਕੁਰਬਾਨੀ ਕੀਤੀ ਔਰ ਉਹਨਾਂ ਬੰਦਿਆਂ ਨੇ ਕੁਰਬਾਨੀ ਕੀਤੀ ਕਿ ਜਿਨ੍ਹਾਂ ਨੂੰ ਉਸ ਅੰਗਰੇਜ਼ ਗਵਰਨਮੈਂਟ ਨੇ ਗੁਲਾਮ ਰੱਖਿਆ ਹੋਵੇਗਾ ਹਿਟਲਰ ਵਗੈਰਾ ਹੋਰਾਂ ਨੇ ਉਹਨੇ ਬੜੀ ਕੋਸ਼ਿਸ਼ ਕੀਤੀ ਉਹ ਤਾਂ ਨਹੀਂ ਅੱਜ ਅਸੀਂ ਲੂਣ ਪਾੜੂਆਂ ਦੇ ਖਾਰੇ ਉਹਨਾਂ ਤੇ ਲੋਇ ਲਾ ਗਏ ਉਹਨਾਂ ਦੇ ਗੁਲਾਮ ਫਿਰ ਜਿਹੜਾ 1947 ਚ ਆਜ਼ਾਦ ਹੋਇਆ ਉਹ ਵੀ ਇੱਕ ਕਾਰਨ ਸਿਰ ਉਹਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਦੋ ਜੰਗਾਂ ਇਹਨਾਂ ਲੜ ਲਿਆ ਹੁਣ ਕਿਤੇ ਅਗਲਾ ਸਮਾਂ ਇਸ ਆਏਗਾ ਕੋਈ ਇਸ ਦੀ ਕਰਦੇ ਇਹਦੇ ਗ੍ਰੈਟੀਟਿਊਡ ਚ ਉਹਨਾਂ ਨੇ ਬਿੱਲ ਪਾਸ ਕੀਤਾ ਕਿ ਆਜ਼ਾਦੀ ਦਾ ਸਾਨੂੰ ਜਿਹੜਾ ਉਹ ਦਿੱਤਾ ਤੇ ਉਹ ਅੱਛਾ ਫਿਰ ਜਦੋਂ ਜਦੋਂ ਵੀ ਕਿਤੇ ਹੁੰਦਾ ਉਹਨੂੰ ਛੋਟੀ ਜੀ ਮਿਸਾਲ ਤੁਸੀਂ ਇਸ ਨੂੰ ਨਾ ਕਰਿਓ ਕਿ ਜਦੋਂ ਇਹ ਜਦੋਂ ਕਿਸਾਨਪੁਰ ਚ ਜਾ ਰਹੇ ਸੀ ਉੱਥੇ ਨੂੰ ਪੁਲਿਸ ਨੇ ਵੀ ਕੁੱਟਿਆ ਉਸੇ ਲਾਈਵ ਹੋਈ ਉਹ ਜਦੋਂ ਰੋਟੀ ਖਾਣ ਲਗੇ ਤੇ ਰੋਟੀ ਖਾ ਲੋ ਜੀ ਅੱਛਾ ਕੁੱਟ ਖਾਈ ਗਏ ਬਦਲ ਹਲੀਮੀ ਵੀ ਇੰਨੀ ਆ ਅਸੀਂ ਕਹਿਣਾ ਪਾਕੀ ਅਲੱਗ ਸਾਡਾ ਸਾਡਾ ਜਿਹੜਾ ਆਪਣਾ ਸੁਭਾਅ ਆ ਅਸੀਂ ਸਾਰੀਆਂ ਚੀਜ਼ਾਂ ਭੁੱਲ ਕੇ ਅਸੀਂ ਨਿਮਰਤਾ ਸਾਡਾ ਪਿਆਰ ਸਾਡੀ ਮੁਹੱਬਤ ਫਿਰ ਜਿਹੜੇ ਪੰਜਾਬ ਦੇ ਹੁਣ ਪੰਜਾਬੀ ਦੇ ਵਿੱਚੋਂ ਜਿਹੜੇ ਇੰਗਲੈਂਡ ਚ ਵੀ ਰਹਿੰਦੇ ਨੇ ਉਹ ਜਿੱਥੇ ਸੀਰੀਆ ਚ ਜਾ ਕੇ ਹੋਇਆ ਗੁਜਰਾਤ ਹੋਇਆ ਜਿੱਥੇ ਕਿਤੇ ਕੋਈ ਕੋਈ ਕੁਦਰਤੀ ਆਫਤ ਪੈਦੀ ਹੈ ਉੱਥੇ ਜਾ ਕੇ ਲੰਗਰ ਲਾਉਣਾ ਉੱਥੇ ਜਾ ਕੇ ਕੈਂਪ ਲਾਉਣਾ ਉਹ ਕਹਿੰਦੇ ਯਾਰ ਇਹ ਕੌਣ ਨੇ ਅਮਰੀਕਾ ਦੇ ਵਿੱਚ ਆ ਕੋਵਿਡ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੇ ਸਾਡੇ ਪੰਜਾਬੀਆਂ ਨੂੰ ਇਹ ਰਿਕੁਐਸਟ ਕੀਤੀ ਲਿਖਤੀ ਕਿ ਜੀ ਤੁਸੀਂ ਲੰਗਰ ਲਾਓ ਗੁਰਦੁਆਰਾ ਦੇ ਵਿੱਚ ਤੇ ਸੱਰਬ ਦੇ ਵਾਸਤੇ ਸਾਡੇ ਤੇ ਬੜਾ ਸੰਕਟ ਪਿਆ ਹੈ ਅਮਰੀਕਾ ਦੀ ਗਵਰਨਮੈਂਟ ਕੈਨੇਡਾ ਦੀ ਗਵਰਨਮੈਂਟ ਇਗਲੈਂਡ ਦੀ ਗਵਰਨਮੈਂਟ ਉਹਨਾਂ ਨੂੰ ਕਹਿ ਰਹੀ ਹੈ ਕਿ ਜੀ ਸਾਡੇ ਤੇ ਸੰਕਟ ਆ ਗਿਆ ਸਾਡੇ ਲਈ ਕਿੰਨੇ ਮਾਨ ਦੀ ਗੱਲ ਹੈ ਹੈ ਜੀ ਕਿ ਅਸੀਂ ਜਾ ਵੀ ਹੁੰਦੇ ਨਾ ਤੇ ਉੱਥੇ ਜਾ ਕੇ ਜਿਹਨਾਂ ਨੇ ਸਾਡੇ ਤੇ ਰਾਜ ਕੀਤਾ ਸੀ ਅਸੀਂ ਉਹ ਲੰਗਰ ਦੇ ਰਹਿਆ ਹੂੰ ਲੰਗਰ ਦੇ ਰਹਿਆ ਨਿਸ਼ਕਾਮ ਸੇਵਾ ਨਾਲ ਦੇ ਰਹਿਆ ਜੀ ਜੀ ਕੁਝ ਪੈਸੇ ਇਹਨਾਂ ਦੇ ਕੁਛ ਹੀ ਲੈਂਦੇ ਉੱਥੇ ਬੰਦੇ ਜਦੋਂ ਆਉਂਦੇ ਨੇ ਗੁਰਦੁਆਰੇ ਆ ਕੇ ਉੱਥੇ ਰਹਿੰਦੇ ਨੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਕੀਤੇ ਦਾ ਕਹਿੰਦੇ ਨਾ ਭਾਵੇਂ ਕਿ ਇਹੀ ਵੱਖਰੇਵਾ ਹੈ ਇਹੀ ਅਲੱਗਤਾ ਹੈ ਸਾਡੇ ਪੰਜਾਬੀਆਂ ਦੀ ਕਹਿੰਦੇ ਨੇ ਕਿ ਕੁੱਲ ਦੁਨੀਆ ਤੋਂ ਵੱਖਰਾ ਸਾਡਾ ਵੱਖਰਾ ਦੇਸ਼ ਪੰਜਾਬ ਦੋਸਤੋ ਬਾਕੀ ਫੁੱਲ ਵੀ ਸੋਹਣੇ ਹੋਣਗੇ ਪਰ ਇਹ ਫੁੱਲ ਗੁਲਾਬ ਦੋਸਤੋ ਸਮੇਂ ਸਮੇਂ ਨੇ ਵੰਡੀਆਂ ਪਾਈਆਂ ਰਹਿ ਗਏ ਨੇ ਢਾਈ ਦਰਿਆ ਕਿੰਨਾ ਸੋਹਣਾ ਸਮਾਂ ਹੋਵੇਗਾ ਜਦ ਸੀ ਇਹ ਪੰਜੇ ਆਪ ਦੋਸਤੋ ਹੈਨਾ ਤੇ ਹੁਣ ਜਦੋਂ ਅੰਦਰ ਦੀ ਗੱਲ ਕਰਦੇ ਆ ਅਸੀਂ ਕਿਉਂਕਿ 1947 ਤੋਂ ਪਹਿਲਾਂ ਜਿਹੜਾ ਇੱਕ ਬਹੁਤ ਵੱਡਾ ਪੰਜਾਬ ਸੀ ਉਸ ਦੀ ਔਰ ਹੁਣ ਦੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਕਿੰਨਾ ਕੁ ਅੰਤਰ ਤੁਸੀਂ ਮਹਿਸੂਸ ਕਰਦੇ ਹੋ ਇਹਦੇ ਵਿੱਚ ਜਿਹੜਾ ਦੋ ਸੀ ਇੱਕ ਤਾਂ ਜਿਹੜਾ ਪੰਜਾਬ ਸੀ ਨਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਜੀ ਉਹ ਇੱਕ ਬੜਾ ਸੈਕੂਲਰ ਪੰਜਾਬ ਸੀਗਾ ਜਿਹਦੇ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਤੇ ਖੱਤਰੀਆ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਜਰਮਨ ਦੇ ਬੰਦਿਆਂ ਨੂੰ ਇੰਗਲੈਂਡ ਦੇ ਬੰਦਿਆਂ ਨੂੰ ਫ੍ਰਾਂਸੀਸੀਆਂ ਨੂੰ ਜਿਹੜੇ 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 ਲਾਇਕ ਸੀਗੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਰੁਤਵੇ ਦਿੱਤੇ ਹੋਏ ਸੀਗੇ ਉਹ ਗੁਣਵੰਤਾ ਦੇ ਆਧਾਰ ਦੇਤੇ ਸੀਗੇ ਸਿਰਫ 14% ਸਿੱਖ ਤੇ 14% ਸਿੱਖਾਂ ਨਾਲ ਖਾਲਸਾ ਰਾਜ ਬਣਾਇਆ ਉਹਨਾਂ ਨੇ ਸੋਨਾਥ ਦੇ ਮੰਦਰ ਤੇ ਜਾ ਕੇ ਵੀ 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 ਸੋਨਾ ਚ ਲਾਇਆ ਤੇ ਹਰਿਮੰਦਰ ਸਾਹਿਬ ਦੇ ਵਿੱਚ ਵੀ ਕੀਤਾ ਦੂਜਾ ਦਰਗਾਣਾ ਮੰਦਰ ਮਤਲਬ ਉਹ ਸੈਕੂਲਰ ਸਟੇਟ ਸੀ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਕੰਠਾ ਪਾ ਕੇ ਉਸਨੇ ਕੁੱਤਾ ਸ਼ਹਿਰ ਚ ਫੇਰਦਾ ਸੀਗਾ ਕੰਠੇ ਦੇ ਸਬੰਧ ਆ ਗਿਆ ਸੀਗਾ ਫਾਸੀ ਦੀ ਸਜ਼ਾ ਨਹੀਂ ਸੀ ਲੱਗੀ ਹੈ ਜੀ ਅੱਛਾ ਉਹ ਖੁਦ ਦਾ ਦਾ ਆਪਣੇ ਕਿੰਨੇ ਹਾਲਤਾਂ ਨੇ ਕਿ ਦਾਣਿਆਂ ਦੀ ਉਹ ਚੁੱਗੀ ਆ ਉਹਦੇ ਇੱਕ ਮਾਈ ਨੇ ਉਹਦੇ ਮੂੰਹ ਤੇ ਉਹ ਜਿਹਨਸੇ ਉਹ ਕਾਲਾ ਕਰਤਾ ਉਹ ਤਵਾ ਲੈ ਕੇ ਉਹਨੇ ਕਿਹਾ ਵੀ ਜਿੰਨਾ ਕਾਲਾ ਉਹ ਉਨੀ ਤਨੂੰ ਮਿਲ ਜਾਣਗੇ ਕਹਿੰਦਾ ਵੀ ਉਹ ਹਲੀਮੀ ਸੋ ਉਸ ਵੇਲੇ ਸੀ ਅੱਜ ਵੀ ਜਦੋਂ ਸਾਰੇ ਦੇਸ਼ਾਂ ਦੇ ਵਿੱਚ ਕਿਤੇ ਆਉਂਦੇ ਕਿ ਵੱਡਾ ਜਨਰਲ ਕੌਣਾ ਹਰੀ ਸਿੰਘ ਨਲੂਆ ਹੋਇਆ ਅਮਰੀਕਨ ਗਵਰਨਮੈਂਟ ਨੇ ਸਾਡੀ ਗਵਰਨਮੈਂਟ ਤੋਂ ਮੰਗ ਕੀਤੀ ਕਿ ਅਸੀਂ ਹਰੀ ਸਿੰਘ ਨਲੂਆ ਦਾ ਉੱਥੇ ਬੁੱਤ ਲਾ ਦਈਏ ਕਿਉਂਕਿ ਨਾ ਅਫਗਾਨਿਸਤਾਨ ਵਿੱਚ ਤਾਂ ਕੋਈ ਹਰਾ ਨਹੀਂ ਸਕਿਆ ਸਿਰਫ ਹਰੀ ਸਿੰਘ ਨਲੂਆ ਹਰਾ ਸਕਿਆ ਉਹ ਜੀ ਪੈਨਿੰਗ ਪਿਆ ਫਿਰ ਮਹਾਰਾਜਾ ਤੁਸੀਂ ਜਿਹੜੇ ਦੁਨੀਆ ਦੇ ਪੰਜ ਰਾਜੇ ਹੋਏ ਦੇ ਬੜੇ ਬਹਾਦਰ ਤੇ ਬੜੇ ਜਿਹਨੂੰ ਅਸੀਂ ਕਹਿੰਦੇ ਆ ਆਦਰਸ਼ ਜੀ ਕਲਿਆਣ ਕਰੇ ਵਾਲੇ ਉਹ ਪੰਜ ਉਹ ਪੰਜਾਂ ਦੇ ਵਿੱਚੋਂ ਆਉਂਦਾ ਹੈ ਇਹ ਸਾਡੇ ਲਈ ਬੜੇ ਮਾਣ ਮਾਨ ਦੀ ਗੱਲ ਹੈਗੀ ਸਾਡੇ ਲਈ ਤੇ ਮੈਂ ਇਹ ਕਹਣਾ ਜਦੋਂ ਮੈਂ ਅੱਜ ਕੱਲ ਤੁਸੀਂ ਇਸ ਨੂੰ ਕਿ ਜੀ ਸਿੱਖ ਰਾਜ ਹੋਣਾ ਚਾਹੀਦਾ ਮੈਂ ਕਹਿੰਦਾ ਸਿੱਖ ਰਾਜ ਹੋਣਾ ਚਾਹੀਦਾ ਜਿਹੜਾ ਉਹਦਾ ਕੋਈ ਮਾਡਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਹੁਣ ਜਦੋਂ 1947 ਤੋਂ ਬਾਅਦ ਸਿੱਖੀ ਚੀਮਿਸਟਰ ਬਣੇ ਨੇ ਜੀ ਅਸੀਂ ਇੱਕ ਅਜਿਹਾ ਮਾਡਲ ਰਾਜ ਬਣਾਈਏ ਕਿ ਜਿਹੜੇ ਹਰਿਆਣਾ ਚੋਂ ਵੀ ਰਾਜਸਥਾਨ ਚੋਂ ਵੀ ਇੱਥੋਂ ਕਹਿੰਦੇ ਜਿੱਥੇ ਤਾਂ ਟੈਕਸ ਵੀ ਠੀਕ ਹੈ ਜੀ ਉੱਥੇ ਐਡਮਿਨਿਸਟ੍ਰੇਸ਼ਨ ਵੀ ਠੀਕ ਹੈ ਕਰਾਪਸ਼ਨ ਫਰੀ ਹੈ ਜੀ ਆਪੀ ਬੰਦੇ ਆਉਣਗੇ ਬਿਲਕੁਲ ਬੈਸਟ ਗੱਲ ਗੱਲ ਕਰਦੇ ਆ ਕਿ ਜਦੋਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਰਾਜ ਦੀ ਗੱਲ ਕੀਤੀ ਉਸ ਵੇਲੇ ਜਿਹੜੇ ਉਹ ਰਾਜਪਾਗ ਸੀਗੇ ਉਹ ਜਿਹੜੇ ਕਿ ਸੱਚਮੁੱਚ ਇੱਕ ਆਦਰਸ਼ ਰਾਜਪਾਗ ਸੀਗੇ ਔਰ ਜਿਵੇਂ ਤੁਸੀਂ ਦੱਸਿਆ ਕਿ ਕੁੱਤੇ ਦੇ ਗੱਲ ਦੇ ਵਿੱਚ ਘੰਟਾ ਪਾਤਾ ਵਾਪਸ ਆ ਗਿਆ ਬਹੁਤ ਸਾਰੀਆਂ ਚੀਜ਼ਾਂ ਨੇ ਇਹੀ ਸਾਨੂੰ ਦੂਸਰੇ ਲੋਕਾਂ ਤੋਂ ਵੱਖਰੀਆਂ ਵੀ ਕਰਦੀਆਂ ਨੇ ਔਰ ਹੁਣ ਜੇਕਰ ਅਸੀਂ ਗੱਲ ਕਰਦੇ ਆ ਕਿ ਸਾਡੀ ਆਪਣੀ ਜਿਹੜੀ ਬੋਲੀ ਆ ਜਦੋਂ ਅਸੀਂ ਬੋਲਦੇ ਆ ਹੁਣ ਜੇ ਮੈਂ ਬੋਲਦਾ ਤੇ ਫਟ ਲੋਕਾਂ ਨੇ ਪਛਾਣ ਲੈਣਾ ਕਿ ਇਹ ਪੰਜਾਬੀ ਬੰਦਾ ਹੈ ਤੁਸੀਂ ਬੋਲਦੇ ਹੋ ਹਾਂ ਵੀ ਇਹ ਪੰਜਾਬੀ ਬੰਦਾ ਹੈ ਕਿਉਂਕਿ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਮਾਣ ਹੋਣਾ ਚਾਹੀਦਾ ਤੇ ਇਹ ਜਿਹੜੀ ਸਾਡੀ ਬੋਲੀ ਹੈ ਸਾਡੀ ਸ਼ੈਲੀ ਹੈ ਇਹ ਕਿਉਂਕਿ ਅੱਜ ਕੱਲ ਤਾਂ ਆਪਾਂ ਇਹ ਵੀ ਕਹਿੰਦੇ ਨਾ ਕਿ ਸਾਡੇ 10 10 20 20 ਕਿਲੋਮੀਟਰ ਤੇ ਤਾਂ ਜਾ ਕੇ ਸਾਡੀ ਬੋਲੀ ਬਦਲ ਜਾਂਦੀ ਹੈ ਇਹ ਬੋਲੀ ਸ਼ੈਲੀ ਜਿਹੜੀ ਹੈ ਇਹ ਸਾਡੇ ਸਮਾਜ ਦੇ ਵਿੱਚ ਸਾਨੂੰ ਕਿਵੇਂ ਵਿਲੱਖਣ ਕਰਦੀ ਹੈ ਅਸੀਂ ਦਿੱਲੀ ਛੋਟੀ ਜਿਹੀ ਗੱਲ ਅਸੀਂ ਦਿੱਲੀ ਇੱਕ ਵਿਆਹ ਗਏ ਸੀ ਕਿਸੇ ਚ ਇਨਕਮ ਟੈਕਸ ਦੇ ਬਹੁਤ ਵੱਡੇ ਅਫਸਰ ਦਾ ਜੀ ਦੀ ਲੜਕੀ ਦਾ ਉੱਥੇ ਕੋਈ ਮੈਨੂੰ ਵੀ ਲੜਕੀ ਮਿਲੀ ਉਹ ਕਹਿੰਦੀ ਜੀ ਮੈਂ ਜਲੰਧਰ ਮੈਰੀਣਾ ਤੇ ਕਹਿੰਦੀ ਮੈਂ ਤੁਹਾਡਾ ਕਿਹੜਾ ਪਿੰਡਾ ਭੈਣ ਜੀ ਕਹਿੰਦੀ ਮੈਂ ਵਾਈ ਜੀ ਬਾਂਮਾ ਦੀ ਆ ਅੱਛਾ ਬਾਂਮ ਪਿੰਡਾ ਉਧਰ ਤੇ ਤੁਸੀਂ ਮੈਨੂੰ ਕਿ ਜਿਹੜੇ ਮੇਰੇ ਘਰ ਵਾਲਾ ਮਿਸਟਰ ਮਨਹਾਸ ਹੈ ਜਿੰਦਾ ਜਿਹਦੋਂ ਨੇ ਕਹੇ ਮੈਂ ਬਾਈ ਜੀ ਬਾਮਾ ਦੀ ਹੈ ਨਾ ਉਹ ਜਿਵੇਂ ਨਾ ਖੰਡ ਦੀ ਗੋਲੀ ਮਗੂ ਮੇਰੇ ਢਿੱਡ 'ਚ ਬੈਠ ਗਈ ਮੈਂ ਕਿਹਾ ਪਾਈ ਕੁੜੀਏ ਤੂੰ ਤਾਂ ਮੈਨੂੰ ਬੁੱਲ ਖਰੀਦ ਲਿਆ ਤੂੰ ਮੇਰੇ ਐ ਲੱਗਦਾ ਜਿਵੇਂ ਸੱਤ ਪੀੜਾ ਤੂੰ ਮੇਰੀ ਰਿਸ਼ਤਦਾਰ ਹੋਣੀ ਹੈ ਜਦੋਂ ਉਹ ਇਸਤਰੀ ਕਰ ਨਾਲ ਬੋਲਦੇ ਰੇ ਨਾ ਇਸਤਰੀ ਕਰ ਨਾਲ ਬੋਲਦੇ ਨੇ ਤਾਂ ਉਹ ਥੋੜੇ ਢਿੱਡ 'ਚ ਚਲੇ ਜਾਂਦੇ ਨੇ ਇੱਕ ਇੱਕ ਜਿਵੇਂ ਸਾਡੇ ਜਿਹੜੇ ਗੀਤ ਸੰਗੀਤ ਜਾਂ ਹੋਰ ਚੀਜ਼ਾਂ ਨੇ ਇੱਕ ਹੁੰਦੇ ਨੇ ਅਸੀਂ ਜਿਵੇਂ ਉਹ ਕਣੀਆਂ ਦਾ ਛੜਾਕਾ ਆਉਂਦਾ ਉਹ ਨਿਕਲ ਜਾਂਦੇ ਨੇ ਇੱਕ ਜਿਹੜੀ ਟਿੱਬੇ 'ਚ ਰੇਤੇ ਦੀ ਗਿੱਲ ਹੁੰਦੇ ਨੇ ਜਾਨੀ ਦਿਆਂ ਬਿਲਕੁਲ ਸੋ ਜਿਹੜਾ ਜਿਹੜਾ ਸਾਡਾ ਸਲੀਕਾ ਸਾਡਾ ਫਰਾਖ ਦੇ ਲਈ ਮੈਂ ਕਹਿੰਦਾ ਕਿ ਪੰਜਾਬੀਆਂ ਦਾ ਜਿਹੜਾ ਸੁਭਾਅ ਹੈ ਉਹ ਵਗਦੇ ਦਰਿਆਵਾਂ ਵਰਗਾ ਹੈ ਜੀ ਉਹ ਉਹ ਹਵਾ ਦੇ ਬੁੱਲੇ ਵਰਗਾ ਹੈ ਜੀ ਉਹ ਠੰਡੀਆਂ ਹਵਾਵਾਂ ਵਰਗਾ ਹੈ ਤੇ ਉਹ ਖੁੱਲੇ ਖੇਤਾਂ ਵਰਗਾ ਹੈ ਤੇ ਉਹ ਸਾਡੀਆਂ ਫਸਲਾਂ ਤੇ ਸਾਡੇ ਉਹ ਸਾਰੇ ਉਸ ਤਰ੍ਹਾਂ ਦਾ ਸਾਡਾ ਇੱਕ ਜਿਹੜਾ ਜਿਹੜਾ ਜਣਾ ਹੈ ਇਹ ਕਿਸੇ ਬਲਗਣ ਦੇ ਵਿੱਚ ਆਉਣ ਵਾਲੇ ਨਹੀਂ ਬਲਗਣ ਦੇ ਵਿੱਚ ਮੌਲ ਇਹਨਾਂ ਨੂੰ ਪਿਆਰ ਨਾਲ ਤੁਸੀਂ ਇਹਨਾਂ ਦੀ ਜਾਨ ਲੈ ਲਓ ਇਹ ਡਰਾਏ ਤੋਂ ਨਹੀਂ ਡਰਦੇ ਹਨ ਇਹ ਇਹਨਾਂ ਦੀਆਂ ਕੁਰਬਾਨੀਆਂ ਦਾ ਹੈ ਨਾ ਇਤਿਹਾਸ ਉੱਪਰ ਆ ਪਿਆ ਜਿਹੜੇ ਪਛਵੀਂ ਨੂੰ ਕਹਿੰਦੇ ਸਾਡਾ ਤਾਂ 21 ਸਾਈ ਕ੍ਰਿਸਟੋ ਕ੍ਰਾਈਸਟ ਵਾਇ ਸੀ ਅਸੀਂ ਤਾਂ ਉਹ ਦਿਨਾਂ ਦੇ ਸਾਡਾ ਬੂਲਕ ਕਿਤੇ ਤੱਕ ਪਹੁੰਚ ਗਿਆ ਕਿ ਥੋੜੇ ਇੰਨੇ ਸ਼ਹੀਦ ਹੋਏ ਨੇ ਬੇ ਸ਼ਹਾਦਤ ਵੀ ਜਿਹੜੀ ਹੈ ਉਹ ਹੱਸ ਕੇ ਹੱਸ ਕੇ ਸ਼ਹਾਦਤ ਦੇਦੇ ਵੀ ਬੋਲੀਆਂ ਪਾਉਣਗੇ ਕਿ ਕਿਤੇ ਕਿਤੇ ਪਾਉਂਦੇ ਜਾਣਗੇ ਵਿਆਹ ਦੇ ਵਿੱਚ ਵੀ ਵਰਗ ਦੇ ਵਿੱਚ ਵੀ ਤੇ ਜਿਹੜੀ ਸਾਡੀ ਅਰਦਾਸ ਹੈ ਉਹਦੇ ਵਿੱਚ ਵੀ ਜਦ ਮਤਲਬ ਵਿਆਹ ਚ ਵੀ ਉਹੀ ਅਰਦਾਸ ਹੈ ਮੰਗਣੇ ਤੇ ਵੀ ਉਹੀ ਅਰਦਾਸ ਹੈ ਤੇ ਭੋਗ ਤੇ ਵੀ ਉਹੀ ਅਰਦਾਸ ਹੈ ਤੇ ਮਤਲਬ ਇਹ ਕਿੱਡੀ ਕਿੱਡੀ ਵੱਡੀ ਬਲਖਣ ਚੀਜ਼ ਹੈ ਹੁਣ ਤੁਸੀਂ ਦੇਖਿਆ ਕਿ ਕੈਨੇਡਾ ਦੇ ਵਿੱਚ ਜਦੋਂ ਜਦੋਂ ਉਹ ਉੱਥੇ ਤਾਂ ਕਾਫੀ ਸਾਰੇ ਪੰਜਾਬੀ ਹੋ ਗਏ ਉਹ ਕਹਿੰਦੇ ਵੀ ਤੁਸੀਂ ਆਪਣੀ ਅਰਦਾਸ ਵੀ ਕਰੋ ਪਾਰਲੀਮੈਂਟ ਚੋਂ ਕੋ ਬੋਲਣ ਲੱਗਿਆ ਉਹਨਾਂ ਨੂੰ ਚੰਗੀ ਲੱਗੀ ਗੱਲ ਇਹ ਜਿਹੜਾ ਰਵਿੰਦਰਨਾਥ ਟੈਗੋਰ ਸੀਗਾ ਉਹ ਹਰਮੰਦਰ ਸਾਹਿਬ ਆਇਆ ਜਦੋਂ ਦੇਖਿਆ ਗगन ਮੇ ਥਾਲ ਰਵ ਜਨ ਦੇਵ ਕ ਬਣੇ ਤਰਕਾ ਮੰਡਲ ਜਨ ਕ ਪੁੱਤੀ ਤਾਂ ਉਹਨਾਂ ਨੇ ਉਹਨੇ ਦਿੱਥੂ ਦੇਖਿਆ ਕਿ ਕਿੱਡੀ ਵੱਡੀ ਗੱਲ ਕਹੀ ਗੁਨਾਰ ਉਸ ਨੂੰ ਕਿਹਾ ਵੇ ਤੂੰ ਹੁਣ ਜਿਹੜੀ ਸੀ ਵਰਲਡ ਦੀ ਤੂੰ ਇੱਕ ਉਹ ਲਿਖ ਦੇ ਜਿਹੜੀ ਲੋਕ ਉਹ ਕਹਿੰਦੇ ਜੀ ਗੁਰਨਾਨਕ ਦੇਵ ਲਿਖ ਕੇ ਹੋਤਾ ਜੀ ਮਤਲਬ ਉਹ ਚੀਜ਼ਾਂ ਫਿਰ ਸਾਡੇ ਫਰੀਦ ਜੀ ਨੇ ਸਾਡੇ ਕਬੀਰ ਜੀ ਨੇ ਰਵਿਦਾਸ ਭਗਤ ਨੇ ਤੇ ਉਹਨਾਂ ਨੇ ਸਾਰਿਆਂ ਨੇ ਜਿਹੜੇ ਸੀਗੇ ਡਿਫਰੈਂਟ ਖੇਤਿਆਂ ਦੇ ਵਿੱਚੋਂ ਇੱਕ ਬਣਾ ਮਹਾਕਾਪ ਜਿਹੜਾ ਸੀ ਗ੍ਰੰਥ ਗ੍ਰੰਥ ਉਹਦੇ ਵਿੱਚ ਲਿਖਦਾ ਮਹਾਕਾਪ ਦੇ ਵਿੱਚ ਜੀ ਤੇ ਸਵੇਰੇ ਸਾਡੀ ਗੀਤਾ ਪੁਰਾਨ ਉਹ ਸਾਰੇ इवन ਕੁਰਾਨ ਸ਼ਰੀਫ ਉਹ ਸਾਰਿਆਂ ਦੇ ਵਿੱਚ ਜਿਹੜੀ ਮੋਰੈਲਿਟੀ ਐਥਿਕਸ ਜਿਹੜਾ ਚੀਜ਼ਾਂ ਦਿੱਤੇ ਹੋ ਜਾਂਦੇ ਤੇ ਸਭ ਤੋਂ ਵੱਡੀ ਤੁਹਾਡੇ ਇਸ ਦੀ ਗੱਲ ਹੈ ਕਿ ਇਹਦੇ ਚ ਨਾ ਜਿਹੜੀ ਜੀਵਨ ਜਾਚ ਹੈ ਉਹਦੀ ਸੱਚੀ ਸਾਦੀ ਤੇ ਐਥਿਕਸ ਦੇ ਨੈਤਿਕਤਾ ਨੂੰ ਬਹੁਤ ਹੈ ਇੱਕ ਸੀ ਕਿ ਜਦੋਂ ਪੁਰਾਣੇ ਜ਼ਮਾਨੇ ਚ ਜੇ ਕਿਤੇ ਕੋਈ ਕੋਈ ਲੜਾਈ ਦੇ ਦੌਰਾਨ ਉਹਨਾਂ ਨੂੰ ਕੋਈ ਸਿੱਖ ਪੰਜਾਬੀ ਮਿਲ ਜਾਂਦਾ ਨਾ ਉਹ ਭੱਜ ਕੇ ਉਧਰ ਜਾਂਦੀ ਕਹੇ ਵੀ ਉਹ ਤੂੰ ਖੜਾ ਮੇਰੀ ਇੱਜ਼ਤ ਉਥੇ ਮੈਂ ਬਚਾ ਲੈ ਬਚਾ ਫੁਜ਼ਾਹ ਹੈ ਕਹਿਣ ਦਾ ਭਾਵ ਹੈ ਕਿ ਪੰਜਾਬੀਆਂ ਦੀ ਜਿੱਥੇ ਮਰਜ਼ੀ ਤੁਸੀਂ ਚਲੇ ਜਾਓ ਪੰਜਾਬੀਆਂ ਦੀ ਜਿਹੜੀ ਇੱਕ ਵਿਲੱਖਣਤਾ ਹੈ ਪਛਾਣ ਦੂਰੋਂ ਹੀ ਪਤਾ ਲੱਗ ਜਾਂਦੀ ਹੈ ਤੇ ਇਹਦੇ ਨਾਲ ਨਾਲ ਜੇ ਜੋ ਗੱਲ ਕਰੀਏ ਨਾ ਆਪਾਂ ਪੰਜਾਬੀਆਂ ਦੀ ਇੱਕ ਚੀਜ਼ ਹੋਰ ਪੰਜਾਬੀ ਰਹਿ ਨਹੀਂ ਸਕਦੇ ਕਿਤੋਂ ਬਗੈਰ ਬਣਾ ਗੀਤ ਸੰਗੀਤ ਲਓ ਜੀ ਬਿਲਕੁਲ ਜੀ ਫਿਰ ਹੁਣ ਗੀਤ ਸੰਗੀਤ ਹੋ ਜਵੇ ਤੇ ਗੱਲਾਂ ਤੇ ਗੀਤ ਵਿੱਚ ਇੱਕ ਗੀਤ ਹਾਜ਼ਰ ਹੈ ਉਸ ਤੋਂ ਬਾਅਦ ਮੋੜ ਹਾਜ਼ਰ ਹੁੰਦੇ ਆ ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ ਸੱਚਮੁੱਚ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਪਿਆਰ ਮੁਹੱਬਤ ਹੀ ਭਰੀ ਹੋਈ ਹੈ ਔਰ ਇਸੇ ਕਰਕੇ ਇਹ ਮੁਹੱਬਤ ਵੰਡਦੇ ਰਹਿੰਦੇ ਨੇ ਔਰ ਇਸੇ ਕਰਕੇ ਦੁਨੀਆ ਦੇ ਨਾਲੋਂ ਕੁਝ ਵੱਖਰੇ ਵੀ ਹੁੰਦੇ ਨੇ ਵਿਲੱਖਣ ਵੀ ਹੁੰਦੇ ਨੇ ਪੰਜਾਬੀ ਸਮਾਜ ਦੀ ਵਿਲੱਖਣਤਾ ਦੇ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਗੱਲਾਂ ਤੇ ਗੀਤ ਵਿੱਚ ਅੱਜ ਸਾਡੇ ਮਹਿਮਾਨ ਨੇ ਡਾਕਟਰ ਹਰਕੇਸ਼ ਸਿੰਘ ਸਿੱਧੂ ਜੀ ਜਿਹੜੇ ਕਿ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਨੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਨੇ ਔਰ ਇਹਨਾਂ ਦੀਆਂ ਲਿਖੀਆਂ ਕਿਤਾਬਾਂ ਅਸੀਂ ਪੜ੍ਹੀਆਂ ਵੀ ਆ ਪਾਠਕਾਂ ਦੀ ਚੋੜੀ ਚਾਰ ਕਿਤਾਬਾਂ ਪਾ ਚੁੱਕੇ ਨੇ ਦੋ ਹਲੇ ਛਪਾਈ ਅਧੀਨ ਵੀ ਨੇ ਬਿਲਕੁਲ ਜੀ ਕਹਿੰਦੇ ਨੇ ਕਿ ਇਹ ਵੀ ਦੱਸੋ ਖਾਲਸਾ ਸਜਾਇਆ ਕਿਹੜੇ ਗੁਰਾਂ ਨੇ ਗਿੱਦੜਾਂ ਤੋਂ ਸ਼ੇਰ ਬਣਾਇਆ ਕਿਹੜੇ ਗੁਰਾਂ ਨੇ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਕਿਹਨੂੰ ਕਹਿੰਦੇ ਨੇ ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ ਔਰ ਇਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿਹੜੀ ਹੈ ਨਾ ਸਾਡੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਔਰ ਜਦੋਂ ਅਸੀਂ ਗੱਲ ਕਰਦੇ ਆ ਨਾ ਜੋ ਕਿ ਖਾਣਿਆਂ ਦੀ ਹੂੰ ਤੇ ਫਿਰ ਉਹ ਤਾਂ ਗੱਲ ਹੀ ਵੱਖਰੀ ਹੈ ਨਾ ਤੇ ਹਰਨੇਕ ਜੀ ਮੈਨੂੰ ਨਾ ਸਾਊਥ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜਦੋਂ ਮੈਂ ਗਈ ਤੇ ਉਹ ਹੀ ਇਡਲੀ ਡੋਸਾ ਉਹ ਖਾ ਖਾ ਕੇ ਨਾ ਮਨ ਬੜਾ ਪਰੇਸ਼ਾਨ ਜਿਹਾ ਹੋ ਗਿਆ ਇੱਕ ਸਰਦਾਰ ਜੀ ਨੇ ਮੇਰੇ ਉੱਥੇ ਨਜ਼ਰ ਆਈ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਮੈਂ ਕਿਹਾ ਅੰਕਲ ਤੁਸੀਂ ਇੱਥੇ ਹੀ ਰਹਿੰਦੇ ਹੋ ਕਹਿੰਦੇ ਹਾਂਜੀ ਤੇ ਮੈਂ ਕਿਹਾ ਵੀ ਇੰਦਾ ਦਾ ਗੱਲ ਹੋ ਗਈ ਕਹਿੰਦੇ ਤੂੰ ਪਤਾ ਕੋਈ ਨਾ ਸਾਡੇ ਘਰ ਚੱਲ ਤੈਨੂੰ ਅਸੀਂ ਪੰਜਾਬੀ ਰੋਟੀ ਖਵਾਣੇ ਆ ਤੇ ਉਹਨਾਂ ਦੇ ਘਰ ਜਾ ਕੇ ਨਾ ਇੱਕ ਸੰਤੁਸ਼ਟੀ ਹੋ ਗਈ ਮੈਨੂੰ ਨਾ ਉਹ ਰੋਟੀ ਖਾ ਕੇ ਕਿ ਹਾਂ ਅਸੀਂ ਆਪਣੀ ਜਿਹੜੀ ਰੋਟੀ ਆ ਉਹ ਖਾ ਲਈ ਐ ਤੇ ਜਿਹੜਾ ਖਾਣਾ ਪੀਣਾ ਹੈ ਪੰਜਾਬੀਆਂ ਦਾ ਉਹਦੇ ਬਾਰੇ ਤੁਹਾਡੇ ਕੀ ਖਿਆਲ ਨੇ ਤੁਹਾਨੂੰ ਮੈਂ ਦੱਸਦਾ ਜਿਹੜਾ ਜਿਹੜਾ ਇਹ ਜਿਹੜੇ ਨਾ ਤੁਸੀਂ ਮੈਂ ਸਿੰਗਾਪੁਰ ਗਿਆ ਸਾਡੇ ਰੂਲ ਖਾ ਕੇ ਉੱਥੇ ਪੰਜਾਬੀ ਟੱਬ ਆ ਜਾਂ ਪੰਜਾਬੀ ਰੈਸਟੋਰੈਂਟ ਲਿਖਿਆ ਹੁੰਦਾ ਉਹ ਉਹ ਪੰਜਾਬੀ ਸਾਡਾ ਪਾਕਿਸਤਾਨੀ ਵੀ ਹੋ ਸਕਦਾ ਜਾਂ ਸਾਡਾ ਇਹ ਪਾਕਿਸਤਾਨੀ ਹੋ ਸਕਦਾ ਜੀ ਤਾ ਮੈਂ ਉਹਨੂੰ ਬੰਦੇ ਨੂੰ ਕਿਹਾ ਸੀ ਸਿੰਗਾਪੁਰ ਦੇ ਵਿੱਚ ਮੈਂ ਜਦ ਮੈਂ ਉਹਨੂੰ ਕਿਹਾ ਮੈਂ ਪੰਜਾਬੀ ਟੱਬਾ ਆਜੋ ਭਾਜੀ ਆਜੋ ਆਜੋ ਮੈਂ ਮੈਂ ਬਿਲਕੁਲ ਵੈਸ਼ ਨੂੰ ਆ ਬੀਟ ਸ਼ਰਾਬ ਆਂਡੇ ਦੇ ਹਾਥੀ ਲਾਉਂਦਾ ਤੇ ਮੈਂ ਕਿਸ ਬਿਲਕੁਲ ਨਹੀਂ ਕਹਦਾ ਹਾਂ ਬਿਲਕੁਲ ਮੈਨੂੰ ਆਇਆ ਕਰ ਬੂੰਗੀ ਦੀ ਤਾਰ ਦੇ ਦੇ ਤੇ ਦਾਲ ਦੇ ਦੇ ਆਪਣਾ ਦੋ ਫੁਲਕੇ ਦੋ ਫੁਲਕੇ ਤੇ ਹੋਰ ਕੁਝ ਦੇਣਾ ਨਹੀਂ ਬਸ ਉਹ ਜਦੋਂ ਮੈਂ ਖਾਂਦੇ ਖਾਂਦੇ ਨਾ ਉਹ ਕੜਕ ਦੇਲੇ ਹੋਇਆ ਮੈਨੂੰ ਇਹਦੇ ਚ ਕੁਝ ਗੜਬੜੀ ਜਿਹੀ ਲੱਗਦੀ ਕਹਿੰਦਾ ਯਾ ਹਾਂ ਕਹਿੰਦਾ ਜੀ ਇਹਦੇ ਚ ਥੋੜੀ ਜੀ ਬੋਟੀ ਪਈ ਹੋਰ ਤੇਰੀ ਮਾਂ ਮੈਂ ਤੂੰ ਗਾਲ ਨਿਕਲ ਗਈ ਉਹਨੂੰ ਕਹਿੰਦਾ ਗਾਲ ਨਾ ਕਹਦਾ ਮੈਂ ਹਜੇ ਤੂੰ ਮੇਰੇ ਮੁਲਕ ਚ ਮੈਂ ਤੈਨੂੰ ਕੁਰਤਾ ਫੜ ਕੇ ਕਹਿੰਦਾ ਜੀ ਅਸੀਂ ਨਾ ਕਹਿੰਦਾ ਜੀ ਇਹਨੂੰ ਅਸੀਂ ਲਾਹੌਰੀ ਦਾਲ ਕਹਿੰਦੇ ਆ ਲਾਹੌਰੀ ਦਾਲ ਦੇ ਵਿੱਚ ਅਸੀਂ ਥੋੜੀ ਜੀ ਤਰੀ ਤੇ ਉਹ ਪਾ ਦੇ ਇੱਕ ਤਰੀਕ ਥੋੜੀ ਬੋਟੀ ਪੈ ਗਈ ਉਹਦੀ ਉਸ ਦੀ ਤੇ ਉਹਨੇ ਉੱਥੇ ਮੈਂ ਤੁਹਾਨੂੰ ਲਾਇਆ ਬਸ ਕਹਿੰਦਾ ਤੂੰ ਜਾ ਮਤਲਬ ਇਸ ਤਰ੍ਹਾਂ ਵੀ ਜਿਹੜੇ ਨੇ ਖਾਣੇ ਨੇ ਨਾ ਜਿਹੜੇ ਪਾਕਿਸਤਾਨ ਦੇ ਵਿੱਚ ਖਾਣੇ ਨੇ ਉਹਦੇ ਹਰ ਉਸ ਦੇ ਵਿੱਚ ਥੋੜੀ-ਮੁੱਟੀ ਤਰੀ-ਤਰੀ ਤਰਕਾਰੀ ਜਿਹਨੂੰ ਕਹਿੰਦੇ ਉਹ ਉਹ ਪਾ ਪਾ ਦਿੰਦੇ ਨੇਗੇ ਉਹਦਾ ਸਵਾਦ ਬਣਾਉਣ ਵਾਸਤੇ ਸਾਡੇ ਆਪਣੇ ਬਖਰੇ ਤੋੜ ਕੇ ਸਾਡੇ ਸਾਗ ਆਇਆ ਸਾਡੇ ਹੋਰ ਆ ਸਾਡੇ ਉਸ ਤਰ੍ਹਾਂ ਦੀ ਚੀਜ਼ ਹੈਗੀ ਹੈ ਤੇ ਅੱਛਾ ਫਿਰ ਜਦੋਂ ਜਦ ਸਾਡੇ ਜਿਹੜੇ ਹੈਗੇ ਨਾ ਅਫਸਰ ਜਦੋਂ ਇਹ ਜਦੋਂ ਕਿਤੇ ਬੀਐਸਐਫ ਦੇ ਤੇ ਉਹਨਾਂ ਦੇ ਰੇਂਜਰ ਕਿੱਥੇ ਹੁੰਦੇ ਨੇਗੇ ਉਹ ਇਕੱਠੇ ਹੋ ਕੇ ਫਿਰ ਹੋ ਖਾਣ ਪੀਣ ਹੁੰਦਾ ਇਨਫੋਰਮਲ ਮੀਟਿੰਗ ਹੁੰਦੀ ਹੈ ਜੀ ਇਹ ਜਿਹੜਾ ਜਿਹੜਾ ਖਾਣਾ ਪੀਣਾ ਇਹ ਤਾਂ ਇੱਕ ਸਾਡਾ ਨਾ ਸਾਡੇ ਸੱਭਿਆਚਾਰ ਦਾ ਹੀ ਹਿੱਸਾ ਵੈ ਕਿਉਂਕਿ ਖਾਣਾ ਪੀਣਾ ਨਾ ਜਿਹੜਾ ਸਾਡਾ ਦੂਰੋਂ ਪਛਾਣਿਆ ਜਾਂਦਾ ਜੋਗੀ ਖਾਣ ਪੀਣ ਤੋਂ ਅਸੀਂ ਔਰ ਖਾਣ ਪੀਣ ਦੀ ਤਾਂ ਨਹੀਂ ਤੂ ਸ਼ਕੀਨ ਸ਼ਕੀਨ ਬਣਾਉਂਦੀ ਨਹੀਂ ਹੈ ਨਾ ਤੇ ਜੋਗੀ ਅਕਸਰ ਮੈਨੂੰ ਪਹਿਲਾਂ ਹੀ ਫੋਨ ਕਰਕੇ ਹਾਂ ਜੀ ਅੱਛਾ ਮੈਂ ਤੁਸੋਂ ਉਹਨੂੰ ਉਹਨੇ ਕਿਹਾ ਉਹ ਸਾਡੇ ਬੰਦੇ ਕਹਿੰਦੇ ਜੀ ਤੁਸੀਂ ਸਾਨੂੰ ਨਕਾਰਾ ਸਾਹਿਬ ਦੇ ਦਿਓ ਫਾਰਮਲੀ ਕਿ ਸਾਨੂੰ ਤੁਸੀਂ ਸਦਾ ਲਾਹੌਰ ਦੇ ਦਿਓ ਉਹ ਕਹਿੰਦਾ ਤੁਸੀਂ ਸਭ ਕੁਝ ਲੈ ਲਓ ਤੁਸੀਂ ਸਾਨੂੰ ਨਰਿੰਦਰ ਵੀਰਾ ਤੇ ਸੁਰਿੰਦਰ ਕੌਰ ਦੇ ਦਿਓ ਉਹ ਕਹਿੰਦਾ ਸਾਨੂੰ ਤੁਸੀਂ ਨੂਰ ਜਹਾਂ ਦੇ ਦਿਓ ਮਤਲਬ ਜਿਹੜੇ ਜਦੋਂ ਖਾਣਾ ਖਾਂਦੇ ਖਾਂਦੇ ਵੀ ਉਦੋਂ ਸਹਿਤ ਤੇ ਸੰਗੀਤ ਸੰਗੀਤ ਵਿੱਚ ਆ ਗਿਆ ਕਿ ਜੀ ਬਾਕੀ ਸਾਰਾ ਕੁਝ ਹਰਤਾ ਮਤਲਬ ਗੀਤ ਸੰਗੀਤ ਲਈ ਐਨੇ ਸਾਡੇ ਉਧਰਲੇ ਪੰਜਾਬੀ ਇਹਦੇਲੇ ਪੰਜਾਬੀ ਵੀ ਇਹ ਸੰਗੀਤ ਦੀ ਤੁਸੀਂ ਗੱਲ ਕੀਤੀ ਆ ਸੱਚਮੁੱਚ ਜਿਹੜੇ ਗਵਈਏ ਹੁੰਦੇ ਨੇ ਕਲਾਕਾਰ ਹੁੰਦੇ ਨੇ ਲੇਖਕ ਹੁੰਦੇ ਨੇ ਅਦਾਕਾਰ ਹੁੰਦੇ ਨੇ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਸਾਂਝੀ ਵਲਤਾ ਦਾ ਸੰਦੇਸ਼ ਦਿੰਦੇ ਨੇ ਪਰ ਸਾਡਾ ਜਿਹੜਾ ਆਪਣਾ ਆ ਲੋਕ ਸੰਗੀਤ ਆ ਸਾਡਾ ਜਿਹੜਾ ਗੀਤ ਆ ਉਹ ਦੁਨੀਆ ਦੇ ਨਾਲੋਂ ਵੱਖਰਾ ਹੈ ਅਸੀਂ ਜੰਮਣ ਤੋਂ ਲੈ ਕੇ ਆਖਿਰ ਤੱਕ ਅਸੀਂ ਗੀਤ ਸੰਗੀਤ ਦੇ ਨਾਲ ਪਲਦੇ ਹਾਂ ਮੈਂ ਦੱਸਦਾ ਉਹਦਾ ਇਹ ਹੈ ਕਿ ਜਿਹੜਾ ਸਾਡਾ ਗੀਤ ਸੰਗੀਤ ਹੈ ਉਹਦੇ ਵਿੱਚ ਮਾਰਸ਼ਲਟੀ ਹੈ ਕਿਉਂਕਿ ਅਸੀਂ ਸਾਡਾ ਜਿਉਣਾ ਮਰਨਾ ਹਰ ਚੀਜ਼ ਜਿਹੜਾ ਸਾਡਾ ਬਾਰਡਰ ਤੇ ਉਹਦੇ ਰਕਾਬ ਲਈ ਉਹਦੇ ਚ ਬਹਾਦਰੀ ਦਾ ਤੇ ਸ਼ਹਾਦਤ ਅੰਸ ਹੈ ਤੇ ਜਿਹੜਾ ਸਾਡਾ ਗਿੱਧਾ ਵੀ ਹੋਊਗਾ ਤੇ ਗਿੱਧਾ ਵੀ ਦੇ ਤੋੜ ਕੇ ਗਰਮੀ ਗਰਮੀ ਹੋ ਜੂ ਪੂਰਾ ਮਾਰਸ਼ਲਤੀ ਉਹਦੇ ਚ ਫਿਰ ਸਾਡੇ ਜਿਹੜੇ ਉਹ ਭੰਗੜੇ ਨੇਗੇ ਭੰਗੜੇ ਦੇ ਵਿੱਚ ਖੂਡੇ ਮੱਛੀ ਹੋਰ ਸਾਰਾ ਕੁਝ ਉਹਦੇ ਚ ਵੀ ਐ ਹੁੰਦਾ ਵੀ ਜਿਵੇਂ ਉਹ ਲੜਾਈ ਦੇ ਮੈਦਾਨ ਚ ਹੈਗਾ ਉਹਨਾਂ ਜਿੰਨੇ ਸਾਰੇ ਪਾਰਟਿਸਪੀਟੈਂਟ ਪੂਰੇ ਐਕਟਿਵ ਹੁੰਦੇ ਨੇਗੇ ਸੋ ਉਹਦੇ ਚ ਜਦੋਂ ਜਦੋਂ ਢੋਲ ਵੱਜਦਾ ਹੈ ਢੋਲ ਧਰਤੀ ਤੇ ਦਮਕਨ ਲਾ ਦਿੰਦਾ ਨਗਾਰਾ ਵੱਜਦਾ ਧਰਤੀ ਤੇ ਦਮਕਨ ਲਾ ਦਿੰਦਾ ਬਿਲਕੁਲ ਸਿੰਘਾਂ ਵਜਦਾ ਸੀਗਾ ਤੇ ਜਿਹੜੇ ਉੱਥੇ ਬਾਹਰ ਦੇ ਵਿੱਚ ਵੀ ਜਿਹੜੇ ਸੀਗੇ ਉਹ ਆਪਣੇ ਜਿਹੜੇ ਲ ਜਾਂਦੇ ਉਹਦੇ ਚ ਜਰਮਨ ਦੇ ਵਿੱਚ ਦੋ ਪਰਾ ਸੀਗੇ ਇੱਕ ਕਹਿੰਦਾ ਵੀ ਮੈਂ ਤਾਂ ਫੌਜ ਦਾ ਜਰਨਲ ਬਣੂਗਾ ਦੂਜਾ ਕਹਿੰਦਾ ਵੀ ਮੈਂ ਤਾਂ ਵੈਲਰ ਰਿਸਟ ਬਣੂਗਾ ਬਾਕੀ ਗੱਲਾਂ ਫੇਰ ਕਰੂ ਪਹਿਲਾ ਮੇਰਾ ਪੈਸ਼ਨ ਹੈ ਉਹ ਆਪਣੀ ਪੂਰੀ ਉਮਰ ਦੇ ਵਿੱਚ ਜਾ ਕੇ ਵੈਲਰ ਰਿਸਟ ਬਣ ਗਿਆ ਦੂਜਾ ਜਨਰਲ ਬਣ ਗਿਆ ਦੁਸ਼ਮਣਾਂ ਫੌਜਾਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਵੈਲਰ ਬਹੁਤ ਹੀ ਕਮਾਂਦੀ ਬਿਜਾਉਂਦਾ ਹੈ ਜੇ ਚੜ੍ਹਦੀ ਕਲਾ ਦੀ ਬਿਜਾ ਦੇਦਾ ਇਹਦੀ ਫੌਜ ਚੜਾਈ ਕਰ ਦਿੰਦੀ ਹੈ ਜੇ ਢੈਂਦੀ ਕਲਾ ਦੀ ਤਾਂ ਫੌਜ ਹਥਿਆਰ ਸਿਰ ਦਿੰਦੀ ਆ ਉਹਨਾਂ ਨੇ ਉਹ ਬੰਦੇ ਨੂੰ ਫੜ ਲਿਆ ਉਹਨੂੰ ਫੜ ਕੇ ਕਹਦੇ ਵੀ ਤੂੰ ਹੁਣ ਵੈਲਰ ਜਿਹੜੀ ਤੇਰੀ ਹੈ ਉਸ ਨੂੰ ਢੈਂਦੀ ਕਲਾ ਦੀ ਬਿਜਾ ਦੇ ਅੱਛਾ ਉਹ ਬੰਦੇ ਨੇ ਜਦੋਂ ਉਹ ਫੜ ਕੇ ਉਹ ਜਿਵੇਂ ਆਪਣੇ ਹੁੰਦੇ ਨੇ ਵੀ ਬਹਿਰੀ ਚੜ ਕੇ ਆ ਗਿਆ ਸਿੰਘ ਸਰਦਾਰ ਉਹ ਤੁਸੀਂ ਪੁੱਤਰ ਗੁਰਵਿੰਦਰ ਲੂਏ ਦੇ ਭਾਈ ਉਹ ਚੜਦੇ ਕਰਨ ਜਿਹੜਾ ਉਹ ਬਾਤਾ ਉਹ ਜਦੋਂ ਉਹ ਗਾਇਆ ਉਹਨਾਂ ਨੇ ਉਹਦੇ ਆਹਾਂ ਵੜਤੀਆ ਉਹਦੇ ਮੂੰਹ ਚੋਂ ਬੈਲ ਰਹਿ ਗਈ ਉਹ ਉਹ ਭੱਜ ਗਏ ਉਹ ਬੰਦਾ ਇੱਥੇ ਡੇਗਾ ਪਿਆ ਉਹ ਜਦੋਂ ਉਹ ਉਹਦੇ ਉੱਠ ਕੇ ਉਹਨਾਂ ਨੇ ਹਮਲਾ ਕਰਤਾ ਫੌਜ ਨੇ ਉਹਨਾਂ ਨੇ ਦੇਖਿਆ ਕਿ ਇਹ ਬੰਦੇ ਦੀ ਇਹ ਆਹਾਂ ਵੱਡ ਗਈ ਦੀ ਬੰਦੇ ਦੀ ਵਜਾ ਕਰ ਨਾਲ ਅਸੀਂ ਦੇਸ਼ ਬਚ ਗਿਆ ਇਹਨੇ ਸਾਡੀ ਜਿਹੜੀ ਫੌਜ ਤੇ ਉਹ ਜਗਾ ਸੀ ਮੈਕ ਤੇ ਲਾ ਕੇ ਤੇ ਉਹ ਉਹ ਸਾਬਤ ਕਰਤਾ ਉਸ ਬੰਦੇ ਨੇ ਕਿ ਜਿਹੜਾ ਭਾਈ ਜਰਨੈਲ ਸੀਗਾ ਉਹ ਜੋ ਬਾਰਡਰ ਤੇ ਸੀ ਕਿ ਉਹ ਜਰਨਲ ਨਾਲ ਉਹ ਦੇਸ਼ ਭਗਤੀ ਜਿਹੜਾ ਸੀ ਨਾ ਉਹ ਜਿਹੜਾ ਸੰਗੀਤ ਵਾਲਾ ਕਰ ਗਿਆ ਜੀ ਸੰਗੀਤ ਵਾਲਾ ਕਰ ਗਿਆ ਸੋ ਜਿਹੜੇ ਜਿਹੜੇ ਸਾਡੇ ਭਾਈ ਮਨੀ ਸਿੰਘ ਵਰਗੇ ਹੋਏ ਨੇ ਭਾਈ ਗੁਰਦਾਸ ਵਰਗੇ ਹੋਏ ਨੇ ਤੇ ਰਵੀ ਦਾਸ ਵਰਗੇ ਹੋਏ ਨੇ ਉਹਨਾਂ ਨੇ ਸਮਾਜ ਨੂੰ ਜਗਾਇਆ ਉਹਨਾਂ ਨੇ ਆਦੀ ਰਾਖੀ ਕੀਤੀ ਉਹ ਵੀ ਜਿਹੜਾ ਸੀ ਬੜੀ ਵੱਡੀ ਜਾਗਰਤੀ ਸੀ ਫਿਰ ਇਹ ਆ ਕਿ ਜਿਹੜਾ ਗੀਤ ਸੰਗੀਤ ਹੈ ਇਹ ਆਰਥ ਦੇ ਪਾਠ ਦੇ ਗੀਤ ਸੰਗੀਤ ਲੇਖਣਾ ਗਾਉਣਾ ਨੱਚਣਾ ਦੇ ਆਪਣੇ ਤੇ ਕਰਨੀ ਇਹ ਜਿਹੜਾ ਚੀਜ਼ਾਂ ਨਿਗਿਆ ਜਦੋਂ ਤੁਸੀਂ ਇਹ ਕਰ ਰਹੇ ਹੋ ਤੁਸੀਂ ਨਾ ਉਦੋਂ ਸਾਰੇ ਸੰਸਾਰ ਨਾਲ ਤੁਹਾਡਾ ਰਿਸ਼ਤਾ ਟੁੱਟਿਆ ਹੁੰਦਾ ਤੁਸੀਂ ਉਹਦੇ ਜੁੜ ਇਹਦੇ ਚ ਸਿਰਜਣਾ ਹੈ ਆਰਥ ਦੇ ਵਿੱਚ ਸਿਰਜਣਾ ਹੈ ਤੁਸੀਂ ਸਿਰਜਣਾ ਕਰ ਰਹੇ ਹੋ ਨੇ ਸਿਰਜਣਾ ਕਰਨ ਵੇਲੇ ਜਦੋਂ ਬੰਦਾ ਸਾਰੇ ਸੰਸਾਰ ਟੁੱਟਿਆ ਹੁੰਦਾ ਹੈ ਉਹ ਇੱਕ ਆਪਣੇ ਬਿਸਮਾਦੀ ਉਸ ਦੇ ਵਿੱਚ ਗਿਆ ਹੁੰਦਾ ਹੈ ਉਹਦੇ ਇੱਕ ਆਪਣੇ ਆਨੰਦ ਹੈ ਦੂਸਰਾ ਇਹ ਸੀ ਕਿ ਉਹਨਾਂ ਜ਼ਮਾਨਿਆਂ ਚ ਲੋਕ ਜਿਆਦਾ ਪੜੇ ਹੋਈ ਨਹੀਂ ਸੀ ਤੇ ਫਿਰ ਕੀ ਸੀਗੇ ਪਹਿਲਾਂ ਜਿਹੜਾ ਸੀਗਾ ਪ੍ਰਭੂ ਨੂੰ ਪ੍ਰਸੰਨ ਕਰਨ ਵਾਸਤੇ ਤੇ ਗੀਤ ਸੰਗੀਤ ਆਰਥ ਜਿਹੜਾ ਸੀਗਾ ਪਰਮੂ ਨੂੰ ਪਰਮਦਾਸ ਨੇ ਗੋੰਦੇ ਸੀ ਫਿਰ ਕੀ ਹੋਇਆ ਫਿਰ ਜਿਹੜੇ ਰਾਜੇ ਮਹਾਰਾਜੇ ਸੀ ਉਹ ਪਰਮੂ ਬਣ ਗਏ ਹੂੰ ਉਸ ਵੇਲੇ ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਤਾਨ ਫਿਰ ਕੀ ਹੋਰ ਕੀ ਰਾਜ ਦਰਬਾਰੀ ਕਵੀ ਦਰਬਾਰੀ ਬਣੇ ਫਿਰ ਉਸ ਤੋਂ ਬਾਅਦ ਹੁਣ ਕੀ ਹੋ ਗਿਆ ਹੁਣ ਉਹ ਕਮਰਸ਼ੀਅਲ ਹੋ ਗਿਆ ਹੂੰ ਹੁਣ ਕਮਰਸ਼ੀਅਲ ਹੋ ਗਿਆ ਤੇ ਜਿਹੜੇ ਜਿਹੜੇ ਕਮਰਸ਼ੀਅਲ ਹਾਊਸ ਨੇ ਜਿਹੜੇ ਸਾਡੇ ਆਰਟਿਸਟ ਨੇ ਜਾਂ ਹੋਰ ਨੇ ਸੰਗੀਤ ਵਾਲੇ ਨੇ ਉਹਨਾਂ ਨੇ ਉਹਦੇ ਵਿਚ ਬਚਾਰੇ ਉਹ ਕੈਪਟਿਵੇਟ ਕਰ ਲਏ ਉਹਦਾ ਉਹਨਾਂ ਦਾ ਮੁੱਲ ਪਾਤਾ ਮੈਂ ਕਹਿੰਦਾ ਰਾਜਾਂ ਵੇਲੇ ਵੀ ਤੇ ਉਸ ਵੇਲੇ ਉਹਦੀ ਸੀਗੀ ਹੁਣ ਸਾਡਾ ਜਿਹੜਾ ਕਮਰਸ਼ੀਅਲ ਆਫ ਆਰਟ ਹੈ ਉਹਦੇ ਸਗੋਂ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਉਹ ਹੀ ਖੁੱਲ੍ਹ ਦਲੀ ਤੇ ਉਹ ਹੋ ਗਈ ਹੈ ਉਹ ਕਹਿੰਦੇ ਤੂੰ ਐ ਨਾ ਕਰ ਤੂੰ ਐ ਜੀ ਬੀਟ ਆਇਆ ਕਰ ਉਹ ਜਿਹੜੇ ਕਮर्शियल ਡਾਇਰੈਕਟ ਕਰਦੇ ਨੇ ਜਿਹੜਾ ਗੀਤ ਸੰਗੀਤ ਵਾਲਾ ਜਾਂ ਆਪਣੇ ਖੁੱਲੇ ਦਰਵਾਜ਼ਾ ਬਸ ਉਹੀ ਕਹਿੰਦੇ ਨੇ ਕਿ ਬਦਲਾਵ ਜ਼ਿੰਦਗੀ ਦਾ ਮਸਾਲਾ ਤੇ ਇਹ ਹਮੇਸ਼ਾ ਆਉਣਾ ਚਾਹੀਦਾ ਹੈ ਕਹਿੰਦੇ ਨੇ ਕਿ ਖੱਟਿਆ ਕੀ ਵੱਟਿਆ ਬਹੁਤਾ ਹਿਸਾਬ ਨਹੀਂ ਲਾਈਦਾ ਬਸ ਚਿਹਰੇ ਹੱਸਦੇ ਰਹਿਣ ਹੋਰ ਕੀ ਚਾਹੀਦਾ ਤੇ ਇਸ ਦੇ ਨਾਲ-ਨਾਲ ਚਿਹਰਿਆਂ ਦੇ ਨਾਲ-ਨਾਲ ਸਾਡਾ ਜਿਹੜਾ ਪਹਿਰਾਵਾ ਵੈ ਖਾਸ ਤੌਰ ਤੇ ਪੰਜਾਬੀਆਂ ਦਾ ਸਾਡੇ ਇਸ ਖਿੱਤੇ ਦਾ ਪਹਿਰਾਵਾ ਔਰ ਉਸ ਪਹਿਰਾਵੇ ਦਾ ਬਾਕੀ ਸਮਾਜ ਨਾਲੋਂ ਕਿਵੇਂ ਅੰਤਰ ਹੈ ਮੈਂ ਦੱਸਦਾ ਜੀ ਜਿਹੜਾ ਜਿਹੜਾ ਸਮਾਜ ਹੈ ਇਹ ਇਹ ਸਮਾਜ ਜਿਹੜਾ ਗਤੀਸ਼ੀਲ ਹੈਗਾ ਜੀ ਜੀ ਤੇ ਜਿਹੜੇ 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 ਅੱਜ ਅਸੀਂ ਅਸੀਂ 65 ਸਾਲ ਦੇ ਆ ਤੁਸੀਂ 40 ਸਾਲ ਦੇ ਹੋਵੋਗੇ ਤੇ ਕੁਝ 25 ਸਾਲ ਦੇ ਨੇ ਕੁਝ 80 ਸਾਲ ਦੇ ਨੇ 80 ਸਾਲ ਵਾਲਿਆਂ ਦੀਆਂ ਗੱਲਾਂ ਸਾਨੂੰ ਪਸੰਦ ਆਈਆਂ ਜਾਂ ਸਾਡੇ ਦੂਜਿਆਂ ਨੂੰ ਇਹ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ ਫਿਰ ਇਹ ਹੈ ਕਿ ਪਹਿਲਾਂ ਸਾਡਾ ਜਿਹੜਾ ਅਸੀਂ ਬਲੈਤ ਅਸੀਂ ਕਹਿੰਸੀ ਉੱਥੇ ਸਿੱਧੇ ਜਾਂਦੇ ਸੀ ਵੀਜ਼ਾ ਦੇ ਸਿਰੇ ਦਾ ਬਲੈਤ ਗਿਆ ਜਿਹੜੇ ਬਲੈਤ ਚ ਲੋਕਾਂ ਦਾ ਪਹਿਰਾਵਾ ਹੋਰ ਸੀ ਪੱਛਮ ਦੇ ਵਿੱਚ ਉਹਨਾਂ ਦਾ ਠੰਡ ਕਰਕੇ ਹੋਰ ਕਰਕੇ ਉਹ ਡਰਿੰਕ ਪੀ ਲਾ ਉਹਨਾਂ ਦਾ ਨਚ ਉਹ ਸਾਡੇ ਬੰਦਿਆਂ ਨੇ ਥੋੜਾ ਅਡਾਪਟ ਕੀਤਾ ਉਹਨੂੰ ਕੁਝ ਕੀਤਾ ਫਿਰ ਸਾਡੇ ਦੂਜੇ ਪੱਲੇ ਜਾਣ ਲੱਗੇ ਪੱਛਮ ਵਾਲੇ ਪੱਲੇ ਅਮਰੀਕਾ ਵਾਲੇ ਪੱਲੇ ਜਾਣ ਲੱਗੇ ਸੋ ਜਦੋਂ ਇਹ ਜਿਹੜਾ ਜਦੋਂ ਸਮਾਜ ਵਿਕਾਸਸ਼ੀਲ ਹੁੰਦਾ ਗਤੀਸ਼ੀਲ ਹੁੰਦਾ ਹੈ ਉਦੋਂ ਉਹਦਾ ਦੂਜੇ ਸਮਾਜਾਂ ਦੇ ਨਾਲ ਆਦਾਨ-ਪ੍ਰਦਾਨ ਹੁੰਦਾ ਹੈ ਦੂਜੇ ਸੱਭਿਆਚਾਰ ਨਾਲ ਆਦਾਨ-ਪ੍ਰਦਾਨ ਹੁੰਦਾ ਹੈ ਫਿਰ ਕੀ ਹੁੰਦਾ ਹੈ ਜਿਹੜਾ ਜਿਹੜਾ ਹਾਕਮ ਦਾ ਹੈਗਾ ਜਿਹੜੀ ਰੂਲਿੰਗ ਪਾਰਟੀ ਹੈ ਉਹਦਾ ਸੱਭਿਆਚਾਰ ਡੋਮੀਨੇਟ ਕਰ ਜਾਂਦਾ ਉਹਦੀ ਬੋਲੀ ਉਹਦਾ ਪਹਿਰਾਵਾ ਡੋਮੀਨੇਟ ਕਰ ਜਾਂਦਾ ਹੈਗਾ ਉਹਦੀ ਸੀ ਬੋਲੀ ਸਾਡੀ ਗੁਰਬਾਣੀ ਚੋਂ ਹੁੰਦਾ ਹੈ ਕਿ ਆਪਣਾ ਮੈਂ ਹੁਣ ਐਗਜੈਕਟਲੀ ਨਹੀਂ ਦੱਸਦਾ ਕਿ ਤੇ ਬੋਲੀ ਜਿਹੜੀ ਪ੍ਰਭਾਵ ਪੈਂਦਾ ਜਿਹੜੀ ਹੁਕਮਰਾਨ ਦੀ ਬੋਲੀ ਆ ਉਹਦਾ ਪਹਿਰਾਵਾ ਉਹ ਕਰਦਾ ਹੈ ਫਿਰ ਇਹ ਲੋ ਕਹਿੰਦੇ ਨੇ ਕਿ ਜਦੋਂ ਜਿਵੇਂ ਫੱਦ ਕਰੋ ਜਦੋਂ ਇੰਗਲੈਂਡ ਦੇ ਵਿੱਚ ਰੇਲ ਗੱਡੀ ਆਈ ਕੁਝ ਸਾਲਾਂ ਬਾਅਦ ਉਹਨਾਂ ਦਾ ਰਾਜ ਇੱਥੇ ਸੀ ਉਹਨਾਂ ਨੇ ਇੱਥੇ ਵੀ ਰੇਲ ਗੱਡੀ ਆਈ ਰੇਲ ਗੱਡੀ ਦੇ ਵਿੱਚ ਜਦੋਂ ਚੜਨਾ ਹੈ ਤਾਂ ਟਿਕਟ ਲੈ ਕੇ ਚੜਨਾ ਹੈ ਟਿਕਟ ਲੈਣ ਲੱਗਿਆਂ ਲੈਣ ਚ ਲੱਗਣਾ ਹੈ ਕੋਸ਼ਿਸ਼ ਕਰਨਾ ਕਿ ਖੁੱਲੇ ਪੈਸੇ ਤੁਹਾਡੇ ਕੋਲ ਹੋਣ ਤਾਂ ਪਰੇਸ਼ਾਨੀ ਨਾ ਹੋਵੇ ਫਿਰ ਜਦੋਂ ਤੁਸੀਂ ਗੱਡੀ ਆ ਕੇ ਰੁਕਦੀ ਹੈ ਉਦੋਂ ਵੀ ਤੁਸੀਂ ਜਿਹੜੇ ਪਹਿਲੇ ਪੈਸੇਂਜਰ ਨੇ ਉਹ ਉਤਰ ਜਾਣ ਤੁਸੀਂ ਫਿਰ ਚੜਨਾ ਹੈ ਅਤਿਆ ਫਿਰ ਜਾ ਕੇ ਤੁਸੀਂ ਸੀਟ ਤੇ ਬੈਠਣਾ ਤੇ ਉੱਥੇ ਥੁੱਕਣਾ ਨਹੀਂ ਪਿਸ਼ਾਬ ਨਹੀਂ ਕਰਨਾ ਉੰਦਾ ਜਾ ਕੇ ਤੇ ਚੈਨ ਨਹੀਂ ਖਿੱਚਣੀ ਉਹ ਕੁਛ ਸਿਸਟਮ ਬਣੇ ਉੱਚੀ ਨਹੀਂ ਬੋਲਣਾ ਉਹਦਾ ਰੇਡੀਓ ਮੈਕ ਨਹੀਂ ਲਾਉਣਾ ਕੋਈ ਬਿੱਲੀ ਕੁੱਤਾ ਉਹਦੇ ਚ ਨਹੀਂ ਜਾ ਕੇ ਉਹ ਬਤਨ ਇੱਕ ਰੂਲ ਬਣੇ ਨੇ ਕਿ ਤੁਸੀਂ ਦੂਜੇ ਨਾਲ ਦੇ ਨੂੰ ਪਰੇਸ਼ਾਨ ਨਾ ਕਰੋ ਜੇ ਕੋਈ ਬਜ਼ੁਰਗ ਬੱਚਾ ਹੈ ਉਹਨੂੰ ਸੀਟ ਛੱਡ ਦਿਓ ਇਹ ਇੱਕ ਬੜੇ ਨੇ ਕਿ ਇਹ ਜਿਹੜਾ ਲੋਕਾਂ ਤੇ ਰੇਲ ਗੱਡੀ ਪਹਿਲਾਂ ਆਈ ਸੀਗੀ ਉੱਥੇ ਜਾ ਉਹ ਸਾਡੇ ਬੰਦੇ ਜਿਹੜੇ ਸੀ ਕਿਉਂਕਿ ਰੇਲ ਗੱਡੀ ਤੇ ਇੱਕਦਮ ਆਗੇ ਜਿਹੜੂ ਸੀ ਬੈਟੀਰੀਅਲ ਕਲਚਰ ਕਹਿੰਦੇ ਆ ਨਾ ਉਹ ਪਦਾਰਥ ਕਲਚਰ ਕਹਿੰਦੇ ਆ ਸਭਿਆਚਾਰ ਉਹ ਤਾਂ ਫਟਾਫਟ ਆ ਗਿਆ ਜਿਹੜ ਮਟੀਰੀਅਲ ਕਲਚਰ ਜਿਹਨੂੰ ਅਸੀਂ ਗੈਰ ਪਦਾਰਥਿਕ ਕਲਚਰ ਕਹਿੰਦੇ ਆ ਸਾਡੇ ਰੀਤੀ ਰਿਵਾਜ ਕਸਟਮ ਉਹ ਹੌਲੀ ਹੌਲੀ ਬਦਲਦੇ ਦੇ ਬਾਲੀ ਬਦਲਦੇ ਨੇ ਜਿਵੇਂ ਭਾਖੜਾ ਨਹਿਰ ਦੇ ਵਿੱਚ ਪਾਣੀ ਯਾਰ ਹੈ ਨਾ ਉੱਪਰਲੇ ਪਾਣੀ ਦੀ ਜਿਹੜੀ ਗਤੀ ਹੈ ਉਹ 70 80 100 ਸਪੀਡ ਤੱਕ ਦੀ ਹੁੰਦੀ ਹੈ ਜਿਹੜਾ ਥੱਲੇ ਵਾਲਾ ਉਹਦੀ 2 3 ਕਿਲੋਮੀਟਰ ਤੱਕ ਬਹੁਤ ਹੌਲੀ ਹੁੰਦਾ ਧਰਤੀ ਨਾਲ ਉਹ ਕਹਿੰਦੇ ਸਟੇਟ ਆਫ ਹਾਈਬਰਨੇਸ਼ਨ ਇੱਕ ਥੱਲੇ ਉਧੂ ਥੱਲੇ ਚ ਖੜੀ ਜਾਂਦਾ ਹੈਗਾ ਸੋ ਉਹਦੀ ਗਤੀ ਦਾ ਫਰਕ ਹੁੰਦਾ ਪਾਣੀ ਕਿੱਥੇ ਹੈ ਉਹ ਤੇ ਉਸ ਕਰਕੇ ਜਿਹੜੇ ਨੇ ਹੁਣ ਸਾਡੇ ਪੱਛਮ ਦਾ ਸਾਡੇ ਲੋਕ ਗਏ ਉਧਰੋਂ ਮੁੜ ਕੇ ਆਏ ਵਿਆਹ ਉੱਥੇ ਵਿਆਹ ਕਰਦੇ ਨੇ ਇੱਥੇ ਵਿਆਹ ਕਰਦੇ ਨੇ ਉਹ ਚੁੰਨੀ ਚੜਾਉਣੀ ਮੰਗਣਾ ਕਰਨਾ ਹੈ ਜੀ ਤੇ ਅੱਛਾ ਫਿਰ ਉਹਦੇ ਉਹ ਜਾ ਰਿਵਾਜ ਉਹ ਜੀ ਫੋਟੋਗ੍ਰਾਫੀ ਇਹ ਚੀਜ਼ਾਂ ਸਾਰੀਆਂ ਵੀਡੀਓ ਉਹ ਉਹਨਾਂ ਦੇ ਉਸ ਦੀ ਦੇਣ ਹੈਗੀ ਹੈ ਲੇਕਿਨ ਉਹਦੇ ਚ ਥੋੜਾ ਜਿਹਾ ਸੀ ਕਿਉਂਕਿ ਸਾਡੀ ਤੁਹਾਡੀ ਜਿਹੜੀ ਇਹ ਪ੍ਰੀ ਇੱਥੇ ਵਿਦਿਆਲਾ ਪਸਾਰਾ ਘਟਾ ਹੈ ਇਕਨੋਮਿਕ ਗਰੋਥ ਘਟਾ ਹੈ ਉਹਦੇ ਕਰਕੇ ਜਦੋਂ ਰੀਸ ਕਰਦਿਆ ਸੀ ਫਿਰ ਕੀ ਹੁੰਦਾ ਹੈ ਕਿ ਰੀਸ ਅਸੀਂ ਉਹਨਾਂ ਦੇ ਮਾਰੇ ਪਾਸ ਦੀ ਕਰ ਲਈ ਮਾਰੇ ਪਾਰ ਦੀ ਸਾਥੀ ਕਰ ਲਈ ਸਾਡੇ ਸ਼ਰਾਪੀ ਗੇ ਬੱਕਰੇ ਬਲਾਤੇ ਰਾਤ ਨੂੰ ਦੋ ਦੋ ਉਠਿਆ ਨਾ ਅੱਛਾ ਉਹਨਾਂ ਦੇ ਕਿ ਜਿੰਨਾ ਮਰਜ਼ੀ ਬੰਦਾ ਹੋਵੇ ਜਦੋਂ ਉਹ ਪਹਿਲਾਂ ਸਾਡੇ ਬੰਦੇ ਵੀ ਜਾਣਦੇ ਨੇ ਉਹ ਆਪਦੇ ਘਰਾਂ ਨੂੰ ਪੁੱਛਦਾ ਕਿ ਤੂੰ ਗੱਡੀ ਚਲਾ ਲੇਗੀ ਮੈਂ ਡ੍ਰਿੰਕ ਕਰ ਲਾ ਜੋ ਕਹਦੂ ਹਾਂ ਠੀਕ ਹੈ ਨਹੀਂ ਸਵੇਰੇ 7 ਵਜੇ ਉੱਠ ਕੇ ਸਾਰੇ 1 2 3 ਕਰਕੇ ਕੰਮਾਂ ਦੇ ਭੱਜ ਜਾਣਗੇ ਮਤਲਬ ਇਹ ਉਹਨਾਂ ਚੰਗਾ ਪਾਰ ਸਾਨੂੰ ਗ੍ਰਹਿਣ ਕਰਨ ਦੀ ਲੋੜ ਸੀ ਅਸੀਂ ਗੱਲ ਹੈ ਕਿ ਉਹ ਆਪਣੇ ਵਾਅਦੇ ਦੇ ਪੱਕੇ ਨੇ ਆਪਣੇ ਜਿਹੜੇ ਫਰਜ਼ਾਂ ਦੇ ਵਿੱਚ ਬੱਜੇ ਹੋਏ ਨੇ ਅਸੀਂ ਕਈ ਵਾਰ ਚੱਲ ਹਾਉ ਪਰੇ ਛੱਡ ਪਰੇ ਕਰਕੇ ਸਾਰ ਲੈਂਦੇ ਬੇਪਰਵਾਹ ਬੇਪਰਵਾਹ ਕਿਉਂਕਿ ਸੱਚ ਪੂਜ ਪੰਜਾਬੀ ਜਿਹੜੇ ਨੇ ਬੇਪਰਵਾਹ ਨੇ ਔਰ ਇਸੇ ਤਰ੍ਹਾਂ ਹੀ ਜ਼ਿੰਦਗੀ ਨੂੰ ਅੱਗੇ ਅੱਗੇ ਧੜਾਉਂਦੇ ਨੇ ਔਰ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੇ ਕਿੱਤੇ ਜਿਹੜੇ ਨੇ ਕੰਮਕਾਰ ਜਿਹੜੇ ਨੇ ਕੰਮਕਾਰ ਵੀ ਬੜੇ ਔਖੇ ਨੇ ਔਰ ਔਖੀਆਂ ਕੰਮਾਂ ਦੇ ਇਹੋ ਹਮੇਸ਼ਾ ਮੁਦਈ ਵੀ ਰਹੇ ਨੇ ਸਵੇਰ ਨੂੰ ਉੱਠਣਾ ਬਲਦ ਜੋੜ ਲੈਣੇ ਹੁਣ ਤਾਂ ਖੈਰ ਬਹੁਤ ਟੈਕਨੋਲੋਜੀ ਆ ਗਈ ਆ ਉਹਨਾਂ ਸਮੇਂ ਦੇ ਵਿੱਚ ਤਾਂ ਸਵੇਰੇ ਤੜਕਸਾਰ ਅੜੜਕੇ ਦਾ ਚੰਨਾ ਪੀ ਕੇ ਤਾਂ ਨਿਕਲ ਜਾਂਦੇ ਹੁੰਦੇ ਸੀ ਉਹ ਚੀਜ਼ ਚੂਕ ਤੇ ਸੂਰੇ ਪਾਣੀ ਪਿਆ ਦੁੱਧਾਂ ਦੇ ਵਿੱਚ ਮਿਲਾਣੀਆਂ ਨਹੀਂ ਬਿਲਕੁਲ ਠੀਕ ਹੈ ਨਾ ਤੇ ਅੱਛਾ ਜਿਹੜੇ ਜਿਹੜੇ ਨਾ ਸਾਡਾ ਜਿਹੜਾ ਸਾਡਾ ਡੰਗਰਾਂ ਨਾਲ ਵਾਹ ਪੈਣਾ ਖੇਤੀ ਨਾਲ ਵਾਹ ਪੈਣਾ ਮੀਂਹ ਨਾਲ ਵਾਹ ਪੈਣਾ ਹੜ ਆ ਜਾਣਾ ਫਸਲ ਮਰ ਜਾਣੀ ਉਹਦੇ ਕਰਕੇ ਹੀ ਫਿਰ ਜਦੋਂ ਉਹ ਕਿਸਾਨ ਜਿਹੜਾ ਫਸਲ ਬੀਜਦਾ ਨਾ ਉਹ ਉਹ ਚਾਰੇ ਪਾਸੇ ਬੀਜ ਕੇ ਨਾ ਫਿਰ ਉਹਰੇ ਕਹਿੰਦੇ ਨੇ ਬਚਾ ਲਿਆ ਕ੍ਰੋਸ ਕਰਦਾ ਉਹ ਫਿਰ ਕਹਿੰਦਾ ਇੱਕ ਮੁਠੀ ਫਕੀਰ ਦੀ ਇੱਕ ਮੁਠੀ ਚਿੜੀ ਦੀ ਇੱਕ ਜਨੌਰ ਦੀ ਇੱਕ ਰਾਹੀ ਦੀ ਉਹ 7-8 ਮੁਠਿਆ ਵਾਧੂ ਪਾ ਦਿੰਦਾ ਹੈ ਕਿ ਜਿਹੜੇ ਸੰਤ ਫਕੀਰ ਸਾਰੇ ਉਹਨਾਂ ਦੇ ਵੀ ਉਹ ਖਾਣਗੇ ਪੀਣਗੇ ਉਹ ਉਹਨਾਂ ਦੀ ਮੁਠੀ ਪਾ ਦਿੰਦਾ ਫਿਰ ਉਹਦੇ ਅੰਦਰ ਦਇਆ ਵੀ ਹੈ ਉਹਦੇ ਅੰਦਰ ਪੁੰਨ ਵੀ ਹੈ ਉਹਦੇ ਅੰਦਰ ਹਮਦਰਦੀ ਵੀ ਹੈ ਫਿਰ ਉਹਦੇ ਖੇਤ ਕੋਈ ਚਲੇ ਜਾਵੇ ਗੰਨਾ ਪੱਟ ਕੇ ਲੈ ਜਾਓ ਜੇ ਸਲਗਮ ਖਾ ਲੋ ਕੁਝ ਕਰ ਲੋ ਇੱਕ ਹਫ਼ਤਾ ਇੱਕ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਹਾਂ ਕਿ ਜੇ ਗੰਨਾ ਉਹਦੇ ਖੇਤ ਚਲੇ ਗਏ ਬਾਹਰ ਹੈ ਉਦੋਂ ਠੀਕ ਹੈ ਜੇ ਚੋਰੀ ਕਰੋਗੇ ਉੱਥੇ ਲਾਈ ਹੋਊਗਾ ਬਿਲਕੁਲ ਚੋਰੀ ਨਹੀਂ ਕਰਦਾ ਤਾਂ ਖਰੀਦਦਾ ਪਹੇਲੀ ਦੇ ਦੂਗਾ ਸੋ ਇਹ ਇਹਨਾਂ ਦੇ ਸੁਭਾ ਦਾ ਹਿੱਸਾ ਹੈ ਅੱਛਾ ਇੱਕ ਫਸਲ ਵਰਗੀ ਤਾਂ ਉਹ ਉਪਰਲੀ ਤੇ ਬਿਆਲੀ ਹੋਗੀ ਨਹੀਂ ਜਿਆਦਾ ਪੈ ਗਿਆ ਤੇ ਥੋੜਾ ਪੈ ਗਿਆ ਥੱਲੇ ਵਾਲੀ ਹੋਗੀ ਮਤਲਬ ਇਹ ਹਰ ਇੱਕ ਮੌਸਮ ਹਰ ਇੱਕ ਉਸ ਦੇ ਕਰਕੇ ਇਸ ਤਰ੍ਹਾਂ ਦੇ ਇਹਦੀ ਖੇਤੀ ਸੀਗੀ ਫਿਰ ਖੇਤੀ ਦੇ ਵਿੱਚ ਉਹ ਆਇਆ ਤੇ ਜਿਹੜਾ ਵੀ ਆਇਆ ਉਸ ਨੂੰ ਲੋਹਾਰ ਤਰਖਾਨ ਮੋਚੀ ਉਹਨੂੰ ਛੇ-ਛੇ ਮਹੀਨੇ ਵਦ ਇਹਨਾਂ ਨੇ ਕੰਕ ਦੇ ਦੀ ਬਿਲਕੁਲ ਜਿਹਨੂੰ ਆਪਣਾ ਕੰਮ ਕਰਵਾਉਣਾ ਉਹਦੇ ਬਾਲਟਰ ਸਿਸਟਮ ਸੀ ਉਸ ਤਰ੍ਹਾਂ ਦਾ ਦੇਣਾ ਲੇਕਿਨ ਕੋ ਭੁੱਖਾ ਨਹੀਂ ਸੀ ਵਰਦਾ ਨਹੀਂ ਮਰਦਾ ਸੀ ਭੁੱਖਾ ਨਹੀਂ ਸੀ ਵਰਦਾ ਫਿਰ ਉਸਦੇ ਮੰਜਾ ਖਰਾਬ ਹੋ ਗਿਆ ਉਹਨੇ ਮੰਜਾ ਠੀਕ ਕਰਤਾ ਜਾਂ ਪਾਵਾ ਲਾਤਾ ਉਹਨੇ ਉਹਨੂੰ ਸਿਰ ਪਾ ਗੁੜ ਦੇ ਦੇਣਾ ਉਹ ਦੇਣਾ ਮਤਲਬ ਇਸ ਤਰ੍ਹਾਂ ਦਾ ਸਾਡੇ ਸਵਾ ਹੈ ਜੇ ਜਦੋਂ ਹੁਣ ਵਿਦੇਸ਼ਾਂ ਚ ਵੀ ਜਾਂਦੇ ਨੇ ਉੱਥੇ ਵੀ ਆਪ ਦੇ ਕੋਲ ਉਹ ਹੈਰਾਨ ਰਹਿੰਦੇ ਨੇ ਕਿ ਅਸੀਂ ਜਰਮਨ ਚ ਗਏ ਅਸੀਂ ਚਾਰ ਪੰਜ ਜਦੋਂ ਉਹ ਕਾਫੀ ਕੋਈ ਪੀਣ ਲੱਗੇ ਉਹ ਬੰਦਾ ਕਹਿੰਦਾ ਜੀ ਤੁਸੀਂ ਸਾਰਿਆਂ ਦੇ پیسے ਹਕੂਮਤ ਨਾਲ ਦੇਊਗਾ ਅੱਛਾ ਉਹ ਹੈਰਾਨ ਹੋਇਆ ਅਸੀਂ ਕਹਿੰਦੇ ਹਾਂ ਜੀ ਹਾਂ ਹਕੂ ਦੇਊਗਾ ਕਹਿੰਦੇ ਸਾਡੇ ਤਾਂ ਚਾਰ ਬੱਠੇ ਇਕੱਠੇ ਹੁੰਦੇ ਨੇ ਅਪਨੇ ਤਬਰ ਦੇ ਵੀ ਆਪਣੇ ਪੈਸੇ ਦਿੰਦੇ ਨੇ ਮਤਲਬ ਉਹ ਹੈਰਾਨ ਹੋ ਗਏ ਨਾ ਗਲਾ ਤੇ ਕੋ ਸਾਡੇ ਬੰਦਾਂ ਦਾ ਫਰਾਖ ਦੇ ਲਈ ਹੈ ਪੁਨ ਹੈ ਤਰਮ ਹੈ ਦੈ ਅਣਖ ਹੈ ਜੀ ਅੱਛਾ ਗੁਰੂ ਗੁਰੂ ਪੜੇ ਗੁਰੂ ਤੇਗ ਬਹਾਦਰ ਨੇ ਜਦੋਂ ਪੁੱਛਿਆ ਉਹਨਾਂ ਨੇ ਵੀ ਇਹ ਕੌਣ ਆਏ ਰਿਕੇ ਕਹਿੰਦੇ ਜੀ ਇਹ ਕੁਰਬਾਨੀ ਮੰਗਦੇ ਰਿਕੇ ਸੰਤ ਤਫਕੀਰ ਦੀ ਕਿ ਐਸਾ ਕਰ ਕੋ ਕਹਿੰਦਾ ਫਿਰ ਉਹ ਦ ਕੌਣ ਹੋ ਸਕਦਾ ਕਹਿੰਦੇ ਥੋ ਤੋਂ ਵੱਡਾ ਕੋਈ ਸੱਤ ਸਾਲ ਦਾ ਪੁੱਤ ਬਾਪ ਨੂੰ ਕਹਿ ਰਿਹਾ ਕਿ ਥੋ ਤੋਂ ਵੱਡਾ ਕੌਣ ਕੁਰਬਾਨੀ ਕਰ ਸਕਦਾ ਹੁੰਦੇ ਬਿਲਕੁਲ ਉੱਥੇ ਜਾ ਕੇ ਸ਼ਹੀਦ ਸਾਜ ਦਿੱthi ਲੜੇ ਰਹੀ ਕਿ ਵੀ ਠੀਕ ਹੈ ਮੈਂ ਇਹਨਾਂ ਇਹਨਾਂ ਲਈ ਆਇਆ ਸੋ ਇਹ ਸਾਡੇ ਪੰਜਾਬੀਆਂ ਦੀ ਇੱਕ ਧਾਰਮਿਕ ਆਜ਼ਾਦੀ ਦੇ ਲਈ ਇੱਕ ਧਾਰਮਿਕ ਨਿਰਪੱਖਤਾ ਦੇ ਲਈ ਔਰ ਇਹ ਬਹੁਤ ਵੱਡੀ ਇੱਕ ਕੁਰਬਾਨੀ ਗੁਰ ਕੁਰਬਾਨੀ ਸੀ ਸੋ ਇਹ ਸਾਡੇ ਪੰਜਾਬੀਆਂ ਦਾ ਜਿਹੜਾ ਹੈਗਾ ਨਾ ਇਹ ਸਾਡੀ ਇੱਕ ਵਿਲੱਖਣਤਾ ਹੈ ਜੀ ਬਿਲਕੁਲ ਵਿਲੱਖਣਤਾ ਦੇ ਨਾਲ ਇਹ ਵੀ ਹੈ ਨਾ ਕਿ ਕਹਿੰਦੇ ਨੇ ਨਾ ਮੱਝ ਇਹ ਨਾ ਮਾਲਵੇ ਨਾ ਦਵਾਬੇ ਦੀ ਗੱਲ ਕਰਾਂਗਾ ਮੈਂ ਪੰਜਾਬੀ ਆ ਪੰਜਾਬ ਦੀ ਗੱਲ ਕਰਾਂਗਾ ਤੇ ਪੰਜਾਬ ਦੀ ਗੱਲ ਕਰਦਿਆਂ ਕਰਦਿਆਂ ਜਦੋਂ ਅਸੀਂ ਗੱਲ ਕਰਦੇ ਹਾਂ ਇਹਦੇ ਰੀਤੀ ਰਿਵਾਜਾਂ ਦੇ ਅੰਦਰ ਦੀ ਤੇ ਕਿਹੋ ਜੇ ਰੀਤੀ ਰਿਵਾਜ ਨੇ ਜਿਹੜੇ ਸਾਡੇ ਇਸ ਸਮਾਜ ਨੂੰ ਬਾਕੀ ਸਮਾਜ ਤੋਂ ਵੱਖਰੇ ਕਰਦੇ ਨੇ ਤੇ ਸਾਡੇ ਸਮਾਜ ਦੇ ਵਿੱਚ ਹੀ ਹੈ ਕਿ ਇੱਕ ਕਹਾਵਤ ਹੈ ਕਹਿੰਦਾ ਚੱਠੇ ਤੇ ਲੜ ਨੂੰ ਖਾਨਪੀਰ ਨੂੰ ਵਾਰ-ਵਾਰੀ ਲੜ ਨੂੰ ਇਕੱਠੇ ਹਮ ਚੱਠਿਆਂ ਬਾਰੇ ਕਿ ਜਿਹੜੇ ਪੰਜਾਬੀ ਨੇ ਜਦੋਂ ਕੋਈ ਵਿਆਹ ਸ਼ਾਦੀ ਹੋ ਰਹੀ ਹੈ ਕਿਸੇ ਦੀ ਤਾਂ ਉਸ ਦਾ ਭਾਈਆਂ ਦਾ ਕੋਈ ਰੋਸਾ ਹੈ ਗੁੱਸਾ ਗਿਲਾ ਹੈ ਉਹ ਉਹ ਬੰਦੇ ਚਾਰ ਲਾ ਜਾ ਕੇ ਕਿ ਭਾਈ ਮੇਥੋਂ ਗਲਤੀ ਹੋ ਗਈ ਮੇਰੇ ਵਿਰਾਸ ਚੱਲ ਵੀਰ ਮੇਰੇ ਮਰਾ ਨਹੀਂ ਤੇਰਾ ਚੱਲਦਾ ਉਹ ਜਾਂਦਾ ਹੈ ਅੱਛਾ ਫਿਰ ਉਹਦੇ ਕਿਤੇ ਕੋਈ ਸੰਕਟ ਆ ਗਿਆ ਉਹਦੇ ਕੋਈ ਐਕਸੀਡੈਂਟ ਹੋ ਗਿਆ ਕੋਈ ਡੈਥ ਹੋ ਗਈ ਉਹ ਬੰਦੇ ਦੀ ਫਸਲ ਉਹਦੀ ਖੇਤੀ ਉਹਦਾ ਸਾਰਾ ਡੰਗਰ ਪਸ਼ੂ ਉਹ ਸਾਮ ਦਾ ਭਾਈਚਾਰਾ ਉਹ ਜਿੰਨਾ ਮਰਜ਼ੀ ਗੁੱਸਾ ਹੋਇਆ ਹੋਵੇ ਮਤਲਬ ਦੁੱਖ ਸੁੱਖ ਦੇ ਵਿੱਚ ਇਹ ਇਕੱਠੇ ਹੁੰਦੇ ਨੇ ਇੱਕ ਕਹਾਵਤ ਹੈ ਕਿ ਜਿਹੜਾ ਪੰਜਾਬੀ ਹੈ ਹੂੰ ਉਹ ਆਪਣਾ ਕਰਜ਼ਾ ਰੱਖ ਲੂਗਾ ਹੂੰ ਡਿਫਾਲਟਰ ਹੋ ਜਾਊਗਾ ਲੇਕਿਨ ਨਿਉਂਦਾ ਨਹੀਂ ਰੱਖਦਾ ਹੂੰ ਨਿਉਂਦਾ ਜਦ ਸਮਾਪਾ ਕਿਉਗਾ ਤੇ ਪੂਰ ਕਿਉਗਾ ਉਹ ਕਹਿੰਗਾ ਨੌਂਦਾ ਉਹਦੇ ਅਨਖ ਦਾ ਪ੍ਰਤੀਕ ਹੈ ਉਹਦੇ ਕਰਦਾਰ ਦਾ ਪ੍ਰਤੀਕ ਹੈ ਉਹਦੇ ਕਰਦਾਰ ਦਾ ਪ੍ਰਤੀਕ ਹੈ ਸੋ ਇਹ ਜਿਹੜੇ ਨੇ ਇਹ ਇਸੇ ਕਰਕੇ ਹੀ ਜਿਹੜੇ ਦੇਸਾਂ ਦੇ ਦੇਸਾਂ ਦੇ ਵਿੱਚ ਲੰਘਿਆ ਜਾ ਰਿਹਾ ਬੰਦਾ ਉਹ ਕਹਿੰਦਾ ਤੁਸੀਂ ਜੀ ਪੰਜਾਬੀ ਹੋ ਮੇਰਾ ਕੰਪਿਊਟਰ ਖਰਾਬ ਹੈ ਕਿਸੇ ਕੰਪਿਊਟਰ ਦੇ ਬਾਹਰ ਦੇ ਕਿਸੇ ਸਾਇੰਸਦਾਨ ਨੇ ਕਿਸੇ ਫਿਰ ਟਰੱਕਾਂ ਵਾਲੇ ਨੇ ਜਿਹੜੇ ਟਰੱਕਾਂ ਵਾਲੇ ਨੇ ਖੇਤੀ ਵਾਲੇ ਨੇ ਰੈਸਟੋਰੈਂਟ ਵਾਲੇ ਨੇ ਇਹ ਜਿਹੜੇ ਗਲੋਬਲ ਪੱਧਰ ਤੇ ਵੀ ਉਹਨਾਂ ਦਾ ਸਵਾਇਕ ਕਿਸਮ ਦਾ ਹੋਊਗਾ ਬਿਲਕੁਲ ਇੱਕ ਕਿਸਮ ਦਾ ਹੋਊਗਾ ਉਹ ਮੈਨੂੰ ਇੱਕ ਬੰਦਾ ਦੱਸੇ ਗੱਲ ਆਪਣਾ ਪੰਜਾਬੀ ਕਹਿੰਦਾ ਸਾਡਾ ਟਰੱਕ ਸੀਗਾ ਕਹਿੰਦਾ ਇੱਕ ਗੋਰੇ ਨੇ ਮੇਤੋਂ 100 ਡਾਲਰ ਦਾ ਹਾਰਾ ਲੈ ਲਿਆ ਅਮਰੀਕਾ ਚ 100 ਡਾਲਰ ਦਾ ਹਾਰਾ ਲੈ ਕੇ ਕਹਿੰਦਾ ਉਹਨੇ ਇੱਕ ਤਾਂ ਬੀਅਰ ਮੰਗਾਈ ਨਾਲੇ ਵਿੱਚੀ ਇੱਕ ਮੱਛੀ ਬਗਾ ਲਈ ਉਹਨੂੰ ਕਰ ਕਰਾ ਕੇ ਨਾ ਉਹਦਾ 35 ਡਾਲਰ ਦਾ 35 ਡਾਲਰ ਬਹੁਤ ਹੋ ਗਿਰ ਉੱਥੇ 35 ਡਾਲਰ ਕਰਕੇ ਕਹਿੰਦਾ 15 ਡਾਲਰ ਕਹਿੰਦਾ ਉਹਨੂੰ ਟਿਪ ਦੇ ਦਿੱਤੀ ਹੂੰ ਕਹਿੰਦਾ ਮੈਂ ਕਿਉਂ ਤੂੰ ਸਾ ਤੋਂ ਸੁਖਦਾ ਤਾ ਤਾ ਉਹ ਕਹਿੰਦਾ ਆਪਾਂ ਟਰੱਕਾਂ ਲਿਆ ਬਾਦਸ਼ਾਹ ਬੰਦਿਆਂ ਹੂੰ ਮਤਲਬ ਉਹ ਸਿਵਲ ਅਲੀ ਜਿਹੜੇ ਖੇਤੀ ਕਰਨ ਵਾਲੇ ਬੰਦੇ ਨੇ ਜਾਂ ਅਸਰ ਟੱਕਾਂ ਵਾਲੇ ਬੰਦੇ ਜਾਂਦੇ ਨੇ ਉਸ ਦੇ ਵਿੱਚ ਇੱਕ ਆਲੂ ਤੇ ਇੱਕ ਪੰਜਾਬੀ ਇਹ ਦੁਨੀਆ ਤੇ ਹਰ ਇੱਕ ਮੌਸਮ ਦੇ ਵਿੱਚ ਹਰ ਇੱਕ ਪਾਇ ਜਾਂਦੇ ਨੇ ਪਾਇ ਜਾਂਦੇ ਉੱਥੇ ਉੱਥੇ ਹੋ ਜਾਂਦਾ ਆਪਣਾ ਸਿਵਲਟ ਕਰ ਜਾਂਦਾ ਉਹਦੇ ਅਡਜਸਟ ਹੋ ਜਾਂਦਾ ਅਡਜਸਟ ਹੋ ਜਾਂਦਾ ਸੋ ਪੰਜਾਬੀਆਂ ਨੇ ਜਿੱਥੇ ਵੀ ਕਿਤੇ ਗਏ ਨੇ ਉਹਨਾਂ ਨੇ ਹਿੰਦੁਸਤਾਨ ਦਾ ਵੀ ਸਤਕਾਰ ਬਣਾਇਆ ਐਵੇਂ ਤਾਂ ਨਹੀਂ ਕਹਿੰਦਾ ਵੀ ਪੂਰੇ ਵਰਲਡ ਦੇ ਵਿੱਚ ਜਿਹੜਾ ਨਾ 15 ਕਰੋੜ ਤੋਂ ਵੱਧ ਪੰਜਾਬੀ ਜਿਹੜੇ ਨੇ ਉਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਫੈਲੇ ਹੋਏ ਬਿਲਕੁਲ 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 ਔਰ ਗੱਲ ਇਹ ਹੈ ਕਿ ਹਰ ਮੁਲਕ ਦੇ ਵਿੱਚ ਹਰ ਥਾਂ ਦੇ ਉੱਪਰ ਪਹੁੰਚੇ ਨੇ ਔਰ ਹਰ ਥਾਂ ਤੇ ਜਾ ਕੇ ਜਿੱਥੇ ਵੀ ਕਿਤੇ ਉਹਨਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਚਾਹੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਮਿੱਟੀ ਨਾਲ ਮਿੱਟੀ ਹੋਏ ਹੋਣ ਤੇ ਜਾਂ ਫਿਰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਜਾ ਕੇ ਬਹੁਤ ਵੱਡੇ ਵੱਡੇ ਨਾਮਣੇ ਖੱਟੇ ਹੋਣ ਜਾਂ ਫਿਰ ਉੱਥੇ ਜਾ ਕੇ ਉਹ ਉਹਨਾਂ ਲੋਕਾਂ ਦੇ ਬਰਾਬਰ ਖੜੇ ਹੋਣ ਚਾਹੇ ਕਾਰੋਬਾਰ ਹੋਣ ਚਾਹੇ ਕੋਈ ਵਪਾਰ ਹੋਵੇ ਤੇ ਜਾਂ ਫਿਰ ਕੋਈ ਸਿਆਸਤ ਦਾ ਹੋਵੇ ਹਰ ਥਾਂ ਜਾ ਕੇ ਪੰਜਾਬੀਆਂ ਨੇ ਆਪਣੇ ਝੰਡੇ ਗੱਡੇ ਆ ਤੇ ਜੇਕਰ ਅਸੀਂ ਇੱਧਰ ਗੱਲ ਕਰਦੇ ਆ ਆਪਣੇ ਇੱਥੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਕਿਸੇ ਦੇ ਘਰ ਦੇ ਵਿੱਚ ਰੱਬ ਨਾ ਕਰੇ ਜੇਕਰ ਕੋਈ ਔਖ ਆ ਜਾਂਦੀ ਸੀ ਕੋਈ ਮਰਗ ਵੀ ਹੋ ਜਾਂਦੀ ਸੀ ਤਾਂ ਉੱਥੇ ਵੀ ਪੂਰਾ ਕਬੀਲਾ ਰਲ ਕੇ ਖੜ ਕੇ ਉਹਦੇ ਸੁੱਖ ਦੁੱਖ ਦਾ ਸ਼ਰੀਕ ਬਣਦਾ ਸੀ ਇਹ ਜਿਹੜੀਆਂ ਭਾਈਚਾਰਕ ਸਾਂਝਾਂ ਨੇ ਇੱਕ ਤਰ੍ਹਾਂ ਕੀਮਤਾਂ ਨੇ ਇਹ ਸਾਡੇ ਸਮਾਜ ਨੂੰ ਕਿਵੇਂ ਵਿਲੱਖਣ ਕਰਦੀਆਂ ਨੇ ਕਿਵੇਂ ਬਖਰੇਮਾਂ ਬਾਕੀਆਂ ਦੇ ਨਾਲੋਂ ਦੇਖੋ ਇਹ ਜਿਹੜਾ ਸੀ ਸਾਡੇ ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤ ਹੁੰਦੀ ਸੀਗੀ ਕਿ ਪੰਚਾਇਤ ਦਾ ਘਹਿਰਾ ਵਰਗਾ ਕਿ ਜੀ ਕਚੈਰੀ ਚੋਰੀ ਦੀ ਪੰਚਾਇਤ ਦੀ ਗੱਲ ਕਹਿੰਦੀ ਮੈਂ ਪਿੰਡ ਦਾ ਸਰਪੰਚ ਰਹਾ ਬਿਨਾ ਵੋਟਾਂ ਤੋਂ ਅੱਛਾ ਜੀ ਹੈ ਜੀ ਕਿ ਜਿਹੜੀ ਪੰਚਾਇਤ ਨੇ ਗੱਲ ਕਹੇਤੀ ਉਹ ਕਹੇਤੀ ਫਿਰ ਕੀ ਹੋਇਆ ਇੱਕ ਦੁਖਾਂਤ ਵਿੱਚ ਕੀ ਹੋਇਆ ਕਿ ਪਿੰਡ ਦੇ ਵਿੱਚ ਪਾਈਚਾਰਾ ਜਿਹਨੂੰ ਲੋਕ ਸਤਕਾ ਉਹ ਬੜਦਾ ਇੱਕ ਸਿਆਸੀ ਬੰਦਾ ਆਇਆ ਕਿਸੇ ਪਾਰਟੀ ਦਾ ਵੀ ਆਇਆ ਉਹ ਕਹਿੰਦਾ ਜੀ ਮੇਰਾ ਆ ਵਰਕਰ ਹੈ ਉਹਨੂੰ ਸਰਪੰਚ ਬਣਾਉਣਾ ਹੂੰ ਉਹਨੂੰ ਪਿੰਡ ਦੇ ਲੋਕ ਚਾਹੁੰਦੇ ਨਹੀਂ ਉਹ ਉਹ ਬਖੋ ਰਾਇਆ ਨੌ ਸਰਵਾਲ ਆ ਹੋਰ ਹੈ ਉਹ ਕਰ ਕਰਕੇ ਕਾਜ ਰੱਦ ਕਰੇ ਹੋਰ ਕਿਸੇ ਨਾ ਕਿਸੇ ਤਰੀਕੇ ਉਹਨੇ ਸਰਪੰਚ ਬਣਾਤਾ ਉਹਨੇ ਸ਼ਾਂਤੀ ਆਉਣ ਨਹੀਂ ਦਿੱਤੀ ਹੂੰ ਜੋ ਜੋ ਇਹ ਤਾਂ ਗੱਲ ਉਹ ਜਿਹੜੀ ਜਿਹੜੇ ਸਿਆਸਤ ਨੇ ਸਾਡਾ ਨਾ ਸਿਆਸਤ ਨੇ ਸਾਡਾ ਪਿੰਡੂ ਪਾਈਚਾਰੇ ਨੂੰ ਬਹੁਤ ਜ਼ਿਆਦਾ ਖਰਾਬ ਕਰਤਾ ਉੱਥੇ ਰੱਬ ਵਸਦਾ ਸੀ ਜਿਹੜਾ ਰੱਬ ਵਸਦਾ ਵਸਦਾ ਹੁਣ ਉੱਥੇ ਮਨੁੱਖ ਵਸਣ ਲੱਗੇ ਜੇ ਸੱਚ ਪੁੱਛਦੇ ਹੋ ਉਹ ਰੱਬ ਵਾਲਾ ਹੌਲੀ ਹੌਲੀ ਉਹਨਾਂ ਨੇ ਉਸ ਉਸ ਦੇ ਵਿੱਚ ਪਾਤਾ ਤੇ ਸੋ ਪੰਜਾਬੀਆਂ ਦਾ ਜਿਹੜਾ ਜਿਹੜਾ ਸੁਭਾਅ ਤੋਂ ਕਰਤਾਰ ਤੋਂ ਇਹ ਖੁੱਲ੍ਹਦੇਲੇ ਨੇ ਇਹ ਸਹਿਣਸ਼ੀਲ ਨੇ ਅੱਖ ਨੂੰ ਇਹ ਜੇ ਚੈਲੰਜ ਹੋ ਜਾਤਾ ਹੈ ਮਾਰ ਮਾਰ ਬਿਟਦੇ ਨੇ ਤੇ ਆਪਣਾ ਪਿੰਡੂ ਪਾਇਚਾਰੇ ਦਾ ਸ਼ਹਿਰੀ ਪਾਇਚਾਰੇ ਨਾਲੋਂ ਵੀ ਫਰਕ ਹੈ। ਅਨਪੜਾ ਦਾ ਤੇ ਪੜ੍ਹੇ ਲਿਖਿਆ ਦਾ ਵੀ ਫਰਕ ਹੈ। ਤੇ ਆਪਣੇ ਜਿਹੜੇ ਪਹਿਲਾਂ ਪਿੰਡਾਂ ਦੇ ਵਿੱਚ ਸੀ ਉਹ ਕਹਿੰਦੇ ਜਿਹੜੇ ਸੁਥਰਾਂ ਵਾਲੇ ਬੰਦੇ ਨੇ ਬੜੇ ਸ਼ੈਤਾਨ ਹੁੰਦੇ ਦੇ ਸਾਨੂੰ ਪਿਆਮੇ ਵਾਲੇ ਨੂੰ ਕਹਿੰਦੇ ਹੁਣ ਤਾਂ ਸਾਰੇ ਪੌਣ ਲਾਗੇ ਠੀਕ ਹੈ ਨਾ ਉਹ ਡਰਦੇ ਸੀ ਵੀ ਸਾਨੂੰ ਕੋਈ ਨਾ ਕੋਈ ਤੁਹਾਡਾ ਉਸਤਾਦੀ ਕਰ ਜਾਣਗੇ। ਸੋ ਇਹਨਾਂ ਲਈ ਜਿਹੜਾ ਮਹਾਜਨ ਹੋ ਰਿਹਾ ਹੈ ਇੱਕ ਕਹਾਵਤ ਹੈ ਕਿ ਇੱਕ ਜੱਟ ਉਹਦੇ ਮਹਾਜਨ ਦੇ ਘਰੇ ਠਿਆਣ ਦੀ ਸ਼ੱਕਰ ਲੈਣ ਗਿਆ। ਉਹ ਸ਼ਕਰ ਤੋਲਦੇ ਤੋਲਦੇ ਉਹਦੇ ਵਿੱਚੋਂ ਠੈਣ ਵਿੱਚ ਦੀ ਕੀ ਲਫਾਫੇ ਚ ਹੂੰ ਉਹ ਆ ਰਿਹਾ ਆਪਣੇ ਘਰੇ ਉਹ ਆਉਂਦਾ ਉਹ ਕਹਿੰਦਾ ਵੀ ਇਹ ਅਜੇ ਵੀ ਖਾ ਗਿਆ ਉਹ ਕਹਿੰਦਾ ਕਿਉਂਕਿ ਮੈਨੂੰ ਸੁੱਕਾ ਤਾਂ ਨਹੀਂ ਲੰਦਾ ਜਦੋਂ ਠੈਣ ਵੀ ਆ ਗਈ ਸ਼ਕਰ ਵੀ ਆ ਗਈ ਖਾ ਚੁੱਕਿਆ ਉਹਨੂੰ ਪਤਾ ਨਹੀਂ ਉਹ ਖੁਦ ਖੁੱਲ ਦੇ ਲੈ ਹਾਂ ਖੁਦ ਖੁੱਲ ਦੇ ਲੈ ਹਾਂ ਸੋ ਇਹ ਜਿਹੜਾ ਇਹਨਾਂ ਦਾ ਫਿਰ ਜਦੋਂ ਜਿਹੜੇ ਸਾਰਾ ਪਰਿਵਾਰ ਪੜਾ ਲਿਖਿਆ ਹੁੰਦਾ ਜਦੋਂ ਵਿਆਹ ਹੁੰਦਾ ਨਿਉਂਦਾ ਲਿਖਦੇ ਤਾਂ ਮਹਾਜਰ ਨੂੰ ਬੁਲਾਉਂਦੇ ਉਹ ਲਿਖ ਕੇ ਸਾਰਾ ਕੁਝ ਲਿਖਦਾ ਉਹ ਲਿਖਣ ਤੋਂ ਬਾਅਦ ਫਿਰ ਉਹਨੂੰ 5 ਰੁਪਏ ਦੇ ਦੇ ਨਾਲ ਮਿਠਾਈ ਦੇ ਤੌਰ ਤੇ ਜੀ ਜਦੋਂ ਕਣਕ ਆਉਂਦੀ ਉਹ ਬڑے بڑے ਮੱਟ ਹੁੰਦੇ ਮੱਟ ਦੇ ਨਾਲ ਨਾ ਉਹਨੂੰ ਤੋਲਣ ਲੱਗਦੇ ਉਹਦੇ ਪਹਿਲੇ ਇੱਕ ਇਹ ਮਿਲਣ ਦੇ ਵੀ ਇਹ ਐਨੇ ਐਨੇ ਕਿਲੋ ਜਾਂ ਇਹਦੇ ਉਸ ਦਾ ਹੈਗਾ ਫਿਰ ਉਹ ਪਹਿਲੇ ਵੀ ਉਹਦਾ ਬਰਕਤ ਹੂੰ ਫਿਰ ਕਹਿੰਦਾ ਦੋ ਮੇ ਹੂੰ ਫਿਰ ਕਹਿੰਦਾ ਬਹੁਤੇ ਮਤਲਬ ਇਸ ਤਰੀਕੇ ਨਾਲ ਪਤਨ ਉਸ ਉਸ ਦੀ ਗੱਲ ਕਰਦਾ ਫਿਰ ਜਦੋਂ ਕੋਈ ਡੰਗਰ ਪਸ਼ੂ ਵੇਚਦਾ ਕੋਈ ਜਿੰਨਸ ਵੇਚਦਾ ਜਦੋਂ 100 ਰੁਪਏ ਜਾਂ 500 ਰੁਪਏ ਦੀ ਗਊ ਮੱਝ ਵੇਚੀ ਤਾਂ ਉਹਦੇ ਚੋਂ 5-10 ਰੁਪਏ ਉਹਨੂੰ ਮੋੜਦਾ ਹਾਂ ਆ ਰੂਕੀ ਕਹਿੰਦਾ ਤੈਨੂੰ ਵਫਾ ਕਰੇ ਹਾਂ ਮਤਲਬ ਉਹਦੀ ਵੀ ਉਹ ਭਲਾਈ ਸੋਚਦਾ ਸੀ ਤੈਨੂੰ ਵਫਾ ਕਰੇ ਤੈਨੂੰ ਕਹਿੰਦਾ ਭਾਵੇਂ ਕਿ ਹਰ ਚੀਜ਼ ਉਹ ਦਸ਼ਵੰਤ ਜਿਹੜਾ ਹੈ ਨਾ ਉਹ ਪੰਜਾਬੀ ਕੱਢਦਾ ਹੀ ਕੱਢਦਾ ਹੈ ਚਾਹੇ ਉਹ ਉਸੇ ਨੂੰ ਦੇਵੇ ਤੇ ਚਾਹੇ ਉਹ ਪਰਮਾਤਮਾ ਦੇ ਨਾਮ ਤੇ ਦੇਵੇ ਔਰ ਗੱਲ ਕਰਦੇ ਆ ਅਸੀਂ ਧਾਰਮਿਕ ਆਪਣੇ ਧਰਮ ਦੀ ਤੇ ਸਾਡੀ ਜਿਹੜੀ ਇੱਕ ਬਹੁਤ ਪਿਆਰਾ ਸਾਡਾ ਬੜਾ ਪਵਿੱਤਰ ਗੁਰੂ ਗ੍ਰੰਥ ਸਾਹਿਬ ਹੈ ਔਰ ਨਾਦ ਨਾਲ ਜੇਕਰ ਅਸੀਂ ਗੱਲ ਕਰਦੇ ਆਂ ਆਪਣੀ ਧਾਰਮਿਕਤਾ ਦੀ ਤੇ ਸਾਡਾ ਜਿਹੜਾ ਧਰਮ ਹੈ ਉਹ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਫੈਲਿਆ ਹੋਇਆ ਕਿਵੇਂ ਤੁਸੀਂ ਇਹਨੂੰ ਲੈਂਦੇ ਹੋ ਇਸ ਸਬੰਧੀ ਦੇਖੋ ਜੀ ਮੈਂ ਦੱਸਦਾ ਜਿਹੜਾ ਜਿਹੜਾ ਧਰਮ ਹੈ ਨਾ ਧਰਮ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਗੀਤਾ ਹੈ, ਕੁਰਾਨ ਸ਼ਰੀਫ ਹੈ, ਗੜ ਹੈ। ਇਹ ਸਾਰੇ ਹੀ ਧਰਮਾਂ ਦੇ ਵਿੱਚ ਬਹੁਤ ਉੱਚੀਆਂ ਸੁਚੀਆਂ, ਨੈਤਿਕਤਾ ਦੀਆਂ ਤੇ ਸਪਿਰਿਚੁਅਲਿਟੀ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ। ਇਹਨਾਂ ਦੇ ਸਾਡੇ ਡਿਫਰੈਂਟ ਰੂਟਸ ਨੇਗੇ ਤੇ ਅਲਟੀਮੇਟਲੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਉਹਨਾਂ ਨੇ ਗੀਤਾ ਨੂੰ ਜਾਂ ਕਿਸੇ ਨੂੰ ਨਿੰਦਿਆ ਨਹੀਂ। ਨਾ ਉਹਨਾਂ ਨੇ ਕੁਰਾਨ ਸ਼ਰੀਫ ਨੂੰ। ਉਹਨਾਂ ਨੇ ਕਿਹਾ ਕਿ ਤੂੰ ਮੁਸਲਮਾਨ ਹੈ ਤੇ ਤੇਰੀਆਂ ਪੰਜ ਨਵਾਜਾ ਆ ਨਹੀਂ। ਤੇਰੀਆਂ ਚਾਰੇ ਜਿਹੜੀਆਂ ਹਰਿਅਤ ਸਕੀਕਤ ਉਹ ਆ ਨੇ ਤੇ ਤੂੰ ਤੇ ਤੂੰ ਜੋਗੀ ਹੈ, ਜੋਗੀ ਦਾ ਜੱਤ ਆਏ। ਤੂੰ ਗ੍ਰੀ ਦੀ ਹੈ ਤੇਰਾ ਆਇਆ ਉਹਨੇ ਕਿਹਾ ਵੀ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਸਾਡੇ ਸਮਾਜ ਨੇ ਸਾਨੂੰ ਇਕ ਰੱਖਿਆ ਇਕ ਬਣਾਇਆ ਸਾਡੀ ਬੋਲੀ ਨੇ ਇਕ ਕੀਤਾ ਔਰ ਨਾਲ ਦੀ ਨਾਲ ਧਾਰਮਿਕ ਸਾਨੂੰ ਜਿਹੜੀ ਇੱਕ ਐਸਾ ਰੰਗ ਚੜਿਆ ਕਿ ਸਾਰਿਆਂ ਦਾ ਸੀ ਸਤਿਕਾਰ ਕੀਤਾ ਅੱਜ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਸਮਾਂ ਸਾਡਾ ਮੁੱਕਦਾ ਜਾਂਦਾ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਸਰ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਹਿ ਦਿੱਤੀ ਫੇਰ ਮੌਕਾ ਮਿਲਿਆ ਫੇਰ ਗੱਲਾਂ ਕਰਾਂਗੇ ਜੀ ਸਪਾਹੀਆ ਤੇਰੀ ਵਜ੍ਹਾ ਨਾਲ ਮੇਰਾ ਚਾਲ ਇੱਥੇ ਆਇਆ ਮੇਰਾ ਤਾਂ ਅਜੇ ਤੋਂ ਸ਼ੁਰੂ ਕਰਦਾ ਸੀ ਅਸੀਂ ਵਾਪਸ ਫੇਰ ਤੁਹਾਨੂੰ ਕਿਸੇ ਦਿਨ ਫੇਰ ਯਾਦ ਕਰਾਂਗੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ